आ चुके हैं जी थर्सडे और थर्सडे रियल एस्टेट दीयां सरगर्मियां ते मॉर्गेज जगत दे विच सरगर्मियां लैके असी हमेशा आउंदे आ तुहानूं लैके चलदे आ असी लिटल पंजाब जिथे साडे नाल पंजाब एवेन्यू तों हरमन सिंह जी मौजूद ने। तुसीं अक्सर इस गल नूं सोचदे होंगे या फिर तुसीं कहिंदे होंगे कि पंजाब एवेन्यू अमेरिका विखे कित्थे आ गया। जी हाँ, न्यूयॉर्क विखे यह पिछले साल ही जिहड़ा हैगा पंजाब एवेन्यू जिन्हों रिचमंड हिल दे विच बकायदा एवेन्यू दे वंजो ऑल ओवर वर्ल्ड विच पहचान मिली, उत्थे ही यह जिहड़ा ऑफिस है हरमन सिंह होरां दा ओमनी मॉर्गेज दा बिल्कुल इन्हां दे दफ्तर दे बाहर ही पंजाब एवेन्यू दी शुरुआत हुंदी है। और जद यह उस साइन नूं वेखदे हन तां इन्हां दा भी मन खुश हुंदा है और जिहड़े क्लाइंट्स इन्हां दे कोल आउंदे हन उन्हां दा भी मन खुश हुंदा है। जेकर तुसीं हजे तक नहीं गए पंजाब एवेन्यू तां जेकर तुहाडे कोई भी सवाल ने, असीं लाइव हैं इस टाइम टीवी दे उत्ते, तुसीं अपने सवाल भी पुछ सकदे हो और हरमन सिंह जी नूं जाके मिल भी सकदे हो और जानन दी कोशिश करदे हां कि रियल एस्टेट जगत दे विच की कुछ चल रिहा। तुसीं अपना मन बना लिया घर लैण दा लेकिन तुसीं हरमन सिंह जी नूं नहीं मिले और जेकर तुसीं उहनां दे नंबर दे उत्ते कॉल नहीं कीती तां क्यों नहीं कीती और किवें इस साल घर लैणा जिहड़ा है उह आसान हो रिहा। रेट ऑफ इंट्रस्ट दी गल करिए उहदा की बणूगा और तुहाडी प्रॉपर्टी दा की बणूगा, इनवैसटमेंट करना चाहुंदे हो तां किवें कर सकदे हो और किवें तुसीं अपने सुपनिआं नूं कर सकदे हो साकार हरमन सिंह जी दे नाल। आओ लै के चलदे हां पंजाब एवेन्यू जिथे साडे नाल मौजूद ने खुद आप हरमन सिंह जी। हरमन जी वेलकम यू एंड एवरी थर्सडे तुसीं आउंदे हो। सब तो पहला तो तुहानूं सत श्री अकाल और हमेशा तुहाडे चेहरे दे उत्ते उही समाइल उही सरगर्मियां जिहड़ी तुसीं सानूं दसदे हो। अज की कुछ खास इस वीक हैगा और पिछला वीक तुहाडी कंपनी दा किवें रिहा? ਕੰਪਨੀ ਦਾ ਵੀਕ ਸਾਡਾ ਡੇਲੀ ਅੱਛਾ ਚੱਲ ਰਿਹਾ ਜੀ। ਵੈਦਰ ਖੁੱਲ ਗਿਆ, ਸਾਡਾ ਬਿਜ਼ਨਸ ਜਿਹੜਾ ਸਮਰ 'ਚ ਹਮੇਸ਼ਾ ਬਿਜ਼ੀ ਹੁੰਦਾ, ਵਿੰਟਰ 'ਚ ਵੀ ਬਿਜ਼ੀ ਰਿਹਾ ਕਿਉਂਕਿ ਇੰਟਰਸਟ ਰੇਟ ਕਾਫੀ ਲੋਅ ਸੀਗੇ, ਹੁਣ ਵੀ ਲੋਅ ਹੈਗੇ ਨੇ ਅਤੇ ਮਾਰਕੀਟ ਇਜ਼ ਗੈਟਿੰਗ ਬਿਜ਼ੀਅਰ ਬਿਜ਼ੀਅਰ। ਸਮਰ ਆ ਰਹੀ ਹੈ, ਹੋਟਰ ਹੈ ਤਾਂ ਮਾਰਕੀਟ ਵੀ ਹੋਟਰ ਹੋਣ ਲੱਗੀ ਹੈ ਅਤੇ ਕਰੰਟਲੀ ਜੋ ਵਿਨ ਵਿਨ ਸਿਚੁਏਸ਼ਨ ਜੋ ਬਾਇਰ ਸੈਲਰ ਦੀ ਦੋਨਾਂ ਦੀ ਹੈਗੀ ਹੈ ਕਿ ਸੈਲਰ ਆਪਣਾ ਘਰ ਵੇਚ ਰਹੇ ਨੇ ਮੈਕਸੀਮਮ ਪ੍ਰਾਈਸ 'ਤੇ ਅਤੇ ਬਾਇਰ ਆਪਣਾ ਘਰ ਲੈ ਰਹੇ ਨੇ ਮਿਨੀਮਮ ਲੋਐਸਟ ਇੰਟਰਸਟ ਰੇਟ ਦੇ ਉੱਤੇ ਅਤੇ ਜਿਹੜੀ ਇਹ ਸਿਚੁਏਸ਼ਨ ਜਿਹੜੀ ਵੰਸ ਇਨ ਵੈਲ ਆਉਂਦੀ ਹੈ ਤਾਂ ਹੋਈ ਹੋਈ ਹੈ ਉਸ ਕਰਕੇ ਮਾਰਕੀਟ ਬਹੁਤ ਬਿਜ਼ੀ ਹੈ ਕਿ ਜਿਨ੍ਹਾਂ ਨੇ ਘਰ ਵੇਚਣਾ ਹੈ ਉਹਨਾਂ ਵਾਸਤੇ ਅੱਛਾ ਹੈ। ਕਾਫੀ ਟਾਈਮ ਤੋਂ ਜਿਨ੍ਹਾਂ ਨੇ ਘਰ 10-15 ਸਾਲ ਪਹਿਲੇ ਲਿਆ ਸੀਗਾ, ਘਰ 'ਚ ਐਕੁਇਟੀ ਬਣ ਗਈ, ਉਹਨਾਂ ਨੇ ਘਰ ਵੇਚਿਆ, ਐਕੁਇਟੀ ਲਈ ਲੈ ਕੇ ਉਹਨਾਂ ਨੇ ਜਾ ਕੇ ਦ ਨੈਕਸਟ ਹਾਊਸ ਆਪਣਾ ਆਲ ਕੈਸ਼ ਬਾਏ ਕਰ ਲਿਆ ਜਾਂ ਛੋਟਾ ਜਿਹਾ ਲੋਨ ਲੈ ਲਿਆ ਅਤੇ ਉਹਨਾਂ ਦੀ ਮੋਰਗੇਜ ਘੱਟ ਗਈ ਪਲੱਸ ਉਹਨਾਂ ਦੀ ਟ੍ਰਾਂਜੈਕਸ਼ਨ ਹੋ ਗਈ ਮੂਵ ਕਰ ਗਏ। ਸੋ ਇਟਸ ਵਿਨ ਵਿਨ ਸਿਚੁਏਸ਼ਨ ਫੋਰ ਸੈਲਰ। ਅਗਰ ਕਿਸੇ ਨੇ ਆਪਣਾ ਘਰ ਵੇਚਣਾ ਹੈ ਸਾਨੂੰ ਕਾਲ ਕਰੋ, ਅਸੀਂ ਤੁਹਾਡਾ ਟ੍ਰਾਂਜੈਕਸ਼ਨ ਜੋ ਹੈ ਬਹੁਤ ਈਜ਼ੀ ਕਰਾਂਗੇ, ਘਰ ਵੇਚ ਕੇ ਤੁਹਾਨੂੰ ਦੂਜਾ ਘਰ ਲੈ ਕੇ ਦੇਵਾਂਗੇ। ਵਿਚ ਵਿਲ ਬੀ ਵੈਰੀ ਈਜ਼ੀ ਅ ਪ੍ਰੋਸੈਸ ਕਿ ਜੋ ਤੁਹਾਡੇ ਨਾਲ ਅਸੀਂ ਹੈਂਡ ਐਂਡ ਹੈਂਡ ਕਰਕੇ, ਜਿਨ੍ਹਾਂ ਨੇ ਬਾਏ ਕਰਨਾ ਉਹਨਾਂ ਵਾਸਤੇ ਹੈ ਕਿ ਦਿਸ ਗੋਲਡਨ ਅਪਰਚੁਨਿਟੀ ਜੋ ਰੇਟ ਤੋਂ ਕਾਫੀ ਲੋਨ ਹੈ, ਪਿੱਛੇ ਥੋੜ੍ਹੇ ਅਪ ਹੋ ਗਏ ਸੀ 2 months ago ਬਟ ਨਾਓ ਇਸ ਕਮਿੰਗ ਡਾਊਨ ਅਗੇਨ। ਤੇ ਬਾਇਰਸ ਵਾਸਤੇ ਇਸ ਗੋਲਡਨ ਅਪਰਚੁਨਿਟੀ ਟੂ ਬਾਏ ਦਾ ਹਾਊਸ, ਆਪਣਾ ਇੰਟਰਸਟ ਰੇਟ ਲਾਕ ਕਰੋ, ਲੋਅਰ ਪੇਮੈਂਟ ਲਾਕ ਕਰੋ, ਨੈਕਸਟ 30 years ਅਸੀਂ ਆਪਣੇ ਘਰ ਨੂੰ ਇੰਜੋਏ ਕਰੋ। ਜਿਨ੍ਹਾਂ ਨੇ ਜਿਹੜੇ ਲੋਕ ਰੈਂਟ ਪੇ ਕਰ ਰਹੇ ਨੇ $2,500, $2,600, ਉਹਨਾਂ ਦੀ ਮੋਰਗੇਜ ਵੀ ਉਨੀ ਕੀ ਬਣੇਗੀ ਅਗਰ ਆਪਣਾ ਘਰ ਲਓਗੇ, ਅਤੇ ਇਸ ਕਰਕੇ ਜ਼ਰੂਰ ਸਾਨੂੰ ਕਾਲ ਕਰੋ। ਕਈ ਵਾਰ ਉਹਦੀਆਂ ਚੀਜ਼ਾਂ ਹੁੰਦੀ ਕਿ ਅਸੀਂ ਕਾਲ ਕਰੀਏ ਨਾ ਕਰੀਏ, ਵੀ ਸਾਨੂੰ ਘਰ ਮਿਲੇਗਾ ਨਹੀਂ ਮਿਲੇਗਾ, ਫਰੀ ਕੰਸਲਟੇਸ਼ਨ ਹੈ, ਕੋਈ ਆਬਲੀਗੇਸ਼ਨ ਨਹੀਂ ਹੈ, ਆਓ ਸਲਾਹ ਲਓ, ਮੁਫਤ ਸਲਾਹ ਮਿਲੇਗੀ। ਕੋਈ ਨਾ ਕਰ ਲਓ ਤਾਂ ਵੀ ਕੋਈ ਗੱਲ ਨਹੀਂ, ਮਗਰ ਆਓਗੇ ਸਾਨੂੰ ਪਤਾ ਹੈ ਤੁਹਾਨੂੰ ਜੋ ਅਸੀਂ ਦਿਖਾਵਾਂਗੇ ਤੁਸੀਂ ਆਪਣਾ ਮਨ ਜ਼ਰੂਰ ਬਣਾਓਗੇ ਔਰ ਘਰ ਜ਼ਰੂਰ ਲਓਗੇ। ਕਹਿੰਦੇ ਆਓਗੇ ਕੁਝ ਨਾ ਕੁਝ ਸਲਾਹ ਲੈ ਕੇ ਜਾਓਗੇ ਔਰ ਆਪਣਾ ਮਨ ਬਣਾਓਗੇ, ਆਪਣੇ ਨਵੇਂ ਘਰ ਦੇ ਵਿੱਚ ਤੁਸੀਂ ਚਾਨਣਾ ਪਾਓਗੇ ਔਰ ਘਰ ਦੀਆਂ ਜਿਹੜੀਆਂ ਚਾਬੀ ਹੈ ਉਹ ਓਮਨੀ ਮੋਰਗੇਜ ਤੋਂ ਲੈ ਕੇ ਜਾਓਗੇ। ਅਤੇ ਬਿਲਕੁਲ 7184417000 ਨੰਬਰ ਹੈ, 5164417000 ਦੋਵੇਂ ਨੰਬਰਾਂ ਦੇ ਉੱਤੇ ਤੁਸੀਂ ਕਾਲ ਕਰਕੇ ਹਰਮਨ ਸਿੰਘ ਜੀ ਨਾਲ ਰਾਬਤਾ ਕਰ ਸਕਦੇ ਹੋ। ਫਰੀ ਪਰਸਨਲ ਕੰਸਲਟੇਸ਼ਨ ਲਈ ਤੁਸੀਂ ਆਪਣਾ ਮਨ ਬਣਾ ਸਕਦੇ ਹੋ। ਫੋਰ ਬੀਅਰੈਂਸ ਅਤੇ ਰੀਫਰੈਂਸ ਜਿਹੜੇ ਪ੍ਰੋਗਰਾਮ ਨੇ ਹਰਮਨ ਸਿੰਘ ਜੀ ਉਹ ਕਿਵੇਂ ਚੱਲ ਰਹੇ ਨੇ? ਦੇਖੋ ਇਹ ਵੀ ਪ੍ਰੋਗਰਾਮ ਅੱਛਾ ਹੈ ਕਿਉਂਕਿ ਫੋਰਬੇਅਰੈਂਸ ਕਾਫੀ ਲੋਕਾਂ ਨੇ ਲਈ ਸੀ ਜਦੋਂ ਕੋਵਿਡ ਟਾਈਮ ਦੇ ਉੱਤੇ ਅਤੇ ਕਾਫੀ ਨੇ ਫੋਰਬੇਅਰੈਂਸ ਕੰਟੀਨਿਊ ਕੀਤੀ ਅਤੇ ਕਾਫੀਆਂ ਨੇ ਫੋਰਬੇਅਰੈਂਸ ਬੰਦ ਕਰਤੀ ਅਤੇ ਰੀਫਰੈਂਸ ਦੀ ਦਿੱਕਤ ਆਈ। ਸਾਨੂੰ ਬੜੀਆਂ ਕਾਲਾਂ ਆਉਂਦੀਆਂ ਨੇ ਕਿ ਅਸੀਂ ਫੋਰਬੇਅਰੈਂਸ ਲਈ ਹੈ, ਸਾਡਾ ਲੋਨ ਨਹੀਂ ਹੋ ਰਿਹਾ, ਅਸੀਂ ਕਿਸੇ ਬੈਂਕ ਕੋਲ ਗਏ। ਵੱਡੇ ਵੱਡੇ ਬੈਂਕ ਜਿਹੜਾ ਹਮੇਸ਼ਾ ਬਹੁਤ ਹੀ ਕੰਜ਼ਰਵੇਟਿਵ ਹੁੰਦੇ ਨੇ, ਟਫ ਹੁੰਦੇ ਨੇ, ਇਜ਼ ਨਾਟ ਈਜ਼ੀ ਟੂ ਡੀਲ ਵਿਦ ਦੈਮ। ਅਤੇ ਇਸ ਕਰਕੇ ਸਾਡੇ ਕੋਲ ਕੀ ਹੁੰਦਾ ਕਿ ਵੀ ਅਸੀਂ ਬੜੇ ਬੈਂਕਾਂ ਨਾਲ ਕੰਮ ਕਰਦੇ ਹਾਂ ਅਤੇ ਇੱਕ ਨਹੀਂ ਤਾਂ ਦੂਜਾ ਬੈਂਕ, ਦੂਜਾ ਨਹੀਂ ਤਾਂ ਤੀਜਾ ਬੈਂਕ, ਅਸੀਂ ਕੋਈ ਨਾ ਕੋਈ ਬੈਂਕ ਨੂੰ ਕਨਵਿੰਸ ਕਰ ਲੈਂਦੇ ਹਾਂ ਲੋਨ ਵਾਸਤੇ। ਅਤੇ ਫੋਰਬੇਅਰੈਂਸ ਜਿਨ੍ਹਾਂ ਨੇ ਲਈ ਸੀ ਪਹਿਲੇ, ਅਗਰ ਉਹ ਬੰਦ ਹੋ ਗਈ ਹੈ, ਪੇਮੈਂਟ ਸ਼ੁਰੂ ਹੋ ਗਈਆਂ ਨੇ, ਉਹਨਾਂ ਦਾ ਲੋਨ ਬੜਾ ਈਜ਼ੀ ਹੋ ਜਾਏਗਾ। ਜਿਨ੍ਹਾਂ ਦੀ ਫੋਰਬੇਅਰੈਂਸ ਚੱਲ ਰਹੀਆਂ ਨੇ ਹਜੇ ਉਹ ਰੀਫਰੈਂਸ ਕਰਾਉਣਾ ਚਾਹੁੰਦੇ ਨੇ ਕਿਉਂਕਿ ਰੇਟਸ ਲੋਅ ਨੇ, ਉਹਦੇ ਵਾਸਤੇ ਸਾਨੂੰ ਕਾਲ ਕਰੋ, ਅਸੀਂ ਤੁਹਾਨੂੰ ਪੂਰਾ ਗਾਈਡ ਕਰਾਂਗੇ ਕਿ ਕਦੋਂ ਤੁਸੀਂ ਫੋਰਬੇਅਰੈਂਸ ਬੰਦ ਕਰੋ, ਉਸ ਤੋਂ ਬਾਅਦ ਕੁਛ ਪੇਮੈਂਟਾਂ ਕਰੋ, ਫਿਰ ਤੁਹਾਡਾ ਅਸੀਂ ਰੀਫਰੈਂਸ ਕਰਾ ਦੇਈਏ। ਅਤੇ ਉਹਦੇ ਵਾਸਤੇ ਤੁਹਾਨੂੰ ਸਾਨੂੰ ਕਾਲ ਕਰਨੀ ਪਏਗੀ, ਮਗਰ ਐਵੇਂ ਮੌਕਾ ਨਾ ਜਾਣ ਦਿਓ, ਫੋਰਬੇਅਰੈਂਸ ਨੂੰ ਬੰਦ ਕਰਕੇ ਆਪਣੇ ਰੀਫਰੈਂਸ ਕਰਾਓ ਕਿ ਰੇਟਸ ਤੁਹਾਡੇ ਅਗਰ ਇੰਟਰਸਟ 4.5% ਹੈਗੇ ਨੇ
ਇਸ ਟਾਈਮ ਤੁਹਾਡਾ 3% ਹੋ ਜਾਏਗਾ, 3 ਤੋਂ ਵੀ ਘੱਟ ਹੋ ਜਾਏਗਾ, ਤੁਹਾਡੀ ਪੇਮੈਂਟ ਆਲਮੋਸਟ ਥੋੜੀ ਡਰਾਸਟਿਕਲੀ ਰਿਡਿਊਸ ਹੋ ਜਾਏਗੀ। ਤੇ ਇਸ ਗੋਲਡਨ ਅਪਰਚੁਨਿਟੀ, ਰੀਫਾਈਨਾਂਸ ਕਰਾਓ, ਆਪਣਾ ਫੋਰਬੇਅਰੈਂਸ ਹੈ, ਕੋਈ ਵੀ ਐਸਾ ਕੁਐਸਚਨ ਹੈ, ਕੰਪਲਿਕੇਟਡ ਕੁਐਸਚਨ ਹੈ, ਸਾਨੂੰ ਕਾਲ ਕਰੋ। ਵੀ ਆਰ ਵੈਰੀ ਐਕਸਪਰਟ ਇਨ ਹੈਂਡਲਿੰਗ ਅ ਕੰਪਲੈਕਸ ਕੁਐਸਚਨ। ਸਾਨੂੰ ਬੜੇ ਬੜੇ ਕੰਪਲੈਕਸ ਕੁਐਸਚਨ ਆਉਂਦੇ ਹੈਗੇ ਨੇ, ਤੇ ਸਾਨੂੰ ਪਤਾ ਅਸੀਂ ਕਿਵੇਂ, ਅਸੀਂ ਨਹੀਂ, ਅਗਰ ਸਾਨੂੰ ਨਹੀਂ ਸਮਝ ਆਉਂਦਾ ਕਈ ਵਾਰ, ਤੇ ਅਸੀਂ ਆਪਣੇ ਬੈਂਕਾਂ ਨੂੰ ਕਾਲ ਕਰਕੇ ਉਹਨਾਂ ਦੀ ਹੈਲਪ ਲੈ ਕੇ ਤੁਹਾਡੀ ਪ੍ਰੋਬਲਮ ਨੂੰ ਸੋਲਵ ਕਰ ਦਿੰਦੇ ਹਾਂ। ਬਿਲਕੁਲ, ਤੇ ਇਸ ਕਰਕੇ ਕੋਈ ਵੀ ਟਫ ਕੁਐਸਚਨ ਹੈ, ਕੋਈ ਵੀ ਟਫ ਸਿਚੁਏਸ਼ਨ ਹੈ, ਕਰ ਲੈਣਾ ਹੈ, ਕਿਸੇ ਦਾ ਨਾਮ ਕੱਢਣਾ ਹੈ, ਕਿਸੇ ਦਾ ਨਾਮ ਐਡ ਕਰਨਾ ਹੈ, ਕਈ ਵਾਰ ਫਾਈਲ ਸਟਕ ਹੋ ਜਾਂਦੀ ਹੈ ਬੈਂਕਾਂ ਦੇ ਵਿੱਚ, ਕਿਉਂਕਿ ਬੈਂਕ ਥੋੜੇ ਕੰਜ਼ਰਵੇਟਿਵ ਹੈ, ਟਫ ਹੋ ਜਾਂਦੇ ਨੇ, ਮਗਰ ਅਲਟੀਮੇਟਲੀ ਸਾਡਾ ਕੋਈ ਵੀ ਲੋਨ ਜਿਹੜਾ ਅਸੀਂ ਲੋਨ ਦਿੱਤਾ ਹੋਵੇ ਉਹ ਕਲੋਜ਼ ਹੋ ਜਾਂਦਾ। ਬਿਲਕੁਲ, ਤੇ ਇਸ ਕਰਕੇ ਕਾਲ ਅਸ ਵਾਂਸ, ਤੇ ਅਸੀਂ ਤੁਹਾਨੂੰ ਕੋਈ ਵੀ ਇਸ਼ੂ ਹੈ ਤੁਹਾਡਾ ਅਸੀਂ ਰਿਜ਼ੋਲਵ ਕਰ ਦਾਂਗੇ। ਠੀਕ ਹੈ, ਸਵਾਲ ਜਿਹੜੇ ਨੇ ਉਹ ਸਾਡੇ ਦਰਸ਼ਕਾਂ ਤੇ ਆਏ ਹੋਏ ਨੇ, ਉਹ ਮੈਂ ਸਵਾਲ ਤੁਹਾਡੇ ਤੋਂ ਜ਼ਰੂਰ ਲੈ ਲਵਾਂ। ਵੀ ਲੌਗਡ ਆਵਰ ਇੰਟਰਸਟ ਰੇਟ ਐਂਡ ਫਾਈਲ ਇਜ਼ ਸਟਿਲ ਨਾਟ ਕਲੀਅਰ, ਵੀ ਆਰ ਵੈਰੀ ਨਰਵਸ, ਵਟ ਟੂ ਡੂ? ਦੇਖੋ, ਤੁਸੀਂ ਅਗਰ ਇੰਟਰਸਟ ਰੇਟ ਲੌਕ ਕੀਤਾ ਸੀਗਾ ਤੇ ਤੁਹਾਡੀ ਕਲੋਜ਼ਿੰਗ ਡਿਲੇ ਹੋ ਗਈ ਹੈ, ਕੋਈ ਰੀਜ਼ਨ ਹੁੰਦਾ, ਕਦੀ ਸੈਲਰ ਵੱਲੋਂ ਡਿਲੇ ਹੁੰਦਾ, ਕੋਈ ਘਰ 'ਚ ਓਪਨ ਪਰਮਿਟ ਨਿਕਲ ਆਇਆ, ਕੁਛ ਹੋ ਗਿਆ, ਤੇ ਇਟਸ ਪ੍ਰੋਬਲਮ, ਕਿਉਂਕਿ ਅਗਰ ਰੇਟਸ ਵੱਧ ਰਹੇ ਪਏ ਨੇ ਜਾਂ ਤੁਹਾਨੂੰ ਕੋਈ ਐਕਸਟੈਂਸ਼ਨ ਫੀਸ ਲੱਗ ਗਈਆਂ ਨੇ, ਉਹਦੇ ਵਾਸਤੇ ਹੁੰਦਾ ਵੀ ਕਿ ਬੈਸਟ ਥਿੰਗ ਐਡਵਾਈਸ ਹੈ ਕਿ ਤੁਸੀਂ ਕਈ ਵਾਰ ਹੁੰਦਾ ਹੈ ਤੁਸੀਂ ਆਪਣੇ ਲੋਨ ਅਫਸਰ ਨੂੰ ਗੱਲ ਕਰੋ ਕਿ ਬਈ ਸਾਡਾ ਲੋਨ ਤੁਸੀਂ ਐਕਸਟੈਂਡ ਕਰੋਗੇ, ਔਰ ਪਹਿਲੇ ਤਾਂ ਆਪਣੇ ਅਟਾਰਨੀ ਨੂੰ ਪੁੱਛੋ ਕਲੋਜ਼ਿੰਗ ਕਦੋਂ ਹੋ ਸਕਦੀ ਹੈ। ਅਗਰ ਉਹ ਤੁਹਾਨੂੰ ਐਸਟੀਮੇਟਡ ਟਾਈਮ ਦੇ ਦੇਣਾ, ਕਈ ਵਾਰ ਹੁੰਦਾ ਕਿ ਟੈਨੈਂਟ ਘਰ ਚਲਾ ਰਿਹਾ, ਮੂਵ ਨਹੀਂ ਹੋਇਆ, ਤੇ ਉਹਦੇ 'ਚ ਐਵੇਂ ਕਿ ਤੁਸੀਂ ਜਾਂ ਓਨਰ ਮੂਵ ਨਹੀਂ ਹੋ ਸਕਦਾ ਕਿਉਂਕਿ ਉਹਨੂੰ ਫਰਦਰ ਘਰ ਨਹੀਂ ਮਿਲਿਆ, ਤੇ ਕਲੋਜ਼ਿੰਗ ਅਗਰ ਤੁਹਾਡਾ ਡੇਟ ਐਕਸਪਾਇਰ ਹੋ ਰਿਹਾ ਤਾਂ ਉਹਨੂੰ ਕਲੋਜ਼ਿੰਗ ਕਰ ਲਓ, ਉਹਨੂੰ ਓਨਰ ਦੇ ਨਾਲ ਵਰਕਆਊਟ ਕਰ ਲਓ ਕਿ ਓਨਰ 15-20 ਦਿਨ ਮਹੀਨਾ ਘਰ 'ਚ ਰਹਿ ਲਵੇ, ਤੁਹਾਡੇ ਖਰਚੇ ਪੇ ਕਰ ਦੇਵੇ, ਕਿ ਤੁਹਾਨੂੰ ਤੁਹਾਡਾ ਰੇਟ ਵੀ ਮਿਲ ਗਿਆ, ਉਹਨਾਂ ਦਾ ਪਰਪਸ ਵੀ ਸੋਲਵ ਹੋ ਗਿਆ। ਅਗਰ ਕੋਈ ਓਪਨ ਪਰਮਿਟ ਹੈ, ਕੋਈ ਵਾਇਲੇਸ਼ਨ ਹੈ ਕੁਛ ਹੈ, ਉਹਦੇ ਵਾਸਤੇ ਤੁਹਾਨੂੰ ਆਪਣੇ ਅਟਾਰਨੀ ਨੂੰ ਗੱਲ ਕਰਨੀ ਪਏਗੀ, ਐਸਟੀਮੇਟਡ ਟਾਈਮ ਪੁੱਛੋ ਵੀ ਕਿੰਨਾ ਲੱਗਦਾ ਵੇ, ਉਸ ਤੋਂ ਬਾਅਦ ਆਪਣੇ ਲੋਨ ਅਫਸਰ ਕੋਲ ਜਾਓ, ਕਹੋ ਜੀ ਸਾਨੂੰ ਕਲੋਜ਼ਿੰਗ ਵਾਸਤੇ ਮਹੀਨਾ ਹੋਰ ਚਾਹੀਦਾ ਵੇ, ਸਾਡਾ ਰੇਟ ਲੌਕ ਐਕਸਪਾਇਰ ਹੋ ਗਿਆ, ਕਈ ਵਾਰ ਐਕਸਟੈਂਸ਼ਨ ਵੀ ਐਕਸਪਾਇਰ ਹੋ ਜਾਂਦੀਆਂ ਨੇ, ਦੈਨ ਬਿਕਮਸ ਅ ਪ੍ਰੋਬਲਮ। ਔਰ ਉਹਦੇ 'ਚ ਇਹ ਵੀ ਕਿ ਉਸ ਤਰ੍ਹਾਂ ਕਈ ਵਾਰ ਹੁੰਦਾ ਅਸੀਂ ਲੋਨ ਐਕਸਪਾਇਰ ਕਰ ਦਿੰਦੇ ਹਾਂ ਕਿ ਮਾਰਕੀਟ ਵਾਚ ਕਰਕੇ ਕਿ ਮਾਰਕੀਟ ਥੋੜ੍ਹੀ ਬੈਟਰ ਹੋ ਗਈ ਹੈ ਜਾਂ ਉੱਪਰ ਹੋਈ ਹੈ, ਉਹ ਫਿਰ ਅਸੀਂ ਆਪਣੇ ਬੈਂਕ ਨਾਲ ਗੱਲ ਕਰਕੇ ਵੀ ਸਾਨੂੰ ਕਿੰਨੀ ਕੋਸਟ ਪਏਗੀ, ਕਈ ਵਾਰ ਕੋਸਟ ਪੈਂਦੀ ਹੈ, ਕਈ ਵਾਰ ਮਾਰਕੀਟ ਅਗਰ ਬੈਟਰ ਹੋ ਗਈ ਹੈ ਤਾਂ ਕੋਸਟ ਨਹੀਂ ਪੈਂਦੀ, ਤੇ ਇਹ ਥੋੜ੍ਹਾ ਜਿਹਾ ਇਸ਼ੂ ਹੈ, ਇਹਦੇ 'ਚ ਘਬਰਾਓ ਨਾ। ਅਗਰ ਤੁਹਾਨੂੰ ਤੁਹਾਡਾ ਲੋਨ ਅਫਸਰ ਨਹੀਂ ਕੋਈ ਪ੍ਰੋਪਰ ਇਨਫੋਰਮੇਸ਼ਨ ਦਿੰਦਾ, ਮੈਨੂੰ ਕਾਲ ਕਰੇ, ਮੈਨੂੰ ਸਿਚੁਏਸ਼ਨ ਦੱਸੋ, ਮੈਂ ਤੁਹਾਡੀ ਹੈਲਪ ਕਰਾਂਗਾ, ਲੋਨ ਉਹੀ ਓ ਕਲੋਜ਼ ਕਰਨਗੇ, ਬਟ ਸਾਡੀ ਐਡਵਾਈਸ ਜਿਹੜੀ ਤੁਹਾਡੀ ਅਗਰ ਹੈਲਪ ਕਰ ਸਕਦੇ ਹਾਂ, ਵੀ ਵਿਲ ਬੀ ਵੈਰੀ ਹੈਪੀ ਟੂ ਹੈਲਪ ਯੂ ਟੂ ਵਿਦ ਦ ਸਿਚੁਏਸ਼ਨ, ਕਿਉਂਕਿ ਤੁਸੀਂ ਨਵੇਂ ਸਿਰੋਂ ਲੋਨ ਸ਼ੁਰੂ ਕਰੋਗੇ ਸਾਡੇ ਨਾਲ, ਤਾਂ ਲੋਨ ਫਿਰ ਟਾਈਮ ਲੱਗੇਗਾ, ਫਿਰ ਦੁਬਾਰਾ ਸਭ ਪੂਰਾ ਸਾਈਕਲ ਸ਼ੁਰੂ ਹੋ ਜਾਏਗਾ। ਅਗਰ ਕਲੋਜ਼ਿੰਗ ਹੋਣ ਵਾਲੀ ਹੈ, ਜਸਟ ਟਾਕ ਟੂ ਦੈਮ, ਨੈਗੋਸ਼ੀਏਟ, ਮੈਨੂੰ ਕਾਲ ਕਰੋ, ਮੈਂ ਤੁਹਾਨੂੰ ਐਡਵਾਈਸ ਕਰ ਦਾਂਗਾ, ਤੁਸੀਂ ਜਾ ਕੇ ਆਪਣੇ ਲੋਨ ਅਫਸਰ ਨਾਲ ਗੱਲ ਕਰ ਸਕਦੇ ਹੋ। ਇੱਕ ਸਵਾਲ ਹੋਰ ਵੀ ਆਇਆ ਹੋਇਆ ਸਾਡੇ ਕੋਲ, ਉਹਨਾਂ ਨੇ ਪੁੱਛਿਆ ਕਿ ਵੀ ਸਪੋਜ਼ ਟੂ ਕਲੋਜ਼ ਨੈਕਸਟ ਵੀਕ ਐਂਡ ਓਪਨ ਪਰਮਿਟ ਸ਼ੋਡ ਅਪ ਐਂਡ ਆਰ ਕਰੰਟ ਬਿਗ ਲੈਂਡਰ ਡਜ਼ ਨਾਟ ਵਾਂਟ ਟੂ ਕਲੋਜ਼ ਐਂਡ ਸੈਲਰ ਇਸ ਪੁਸ਼ਿੰਗ ਅਸ, ਹਾਊ ਫਾਸਟ ਓਮਨੀ ਕੈਨ ਕਲੋਜ਼? ਦੇਖੋ ਜੀ, ਇਹ ਇਟਸ ਅ ਵੈਰੀ ਗੁੱਡ ਕੁਐਸਚਨ ਕਿ ਓਪਨ ਪਰਮਿਟ ਸੀਓ ਪ੍ਰੋਬਲਮਸ ਡੈਕ ਪਿੱਛੇ ਬਣੇ ਹੁੰਦੇ ਨੇ, ਬੈਕਯਾਰਡ ਦੇ ਵਿੱਚ ਪੂਲ ਬਣੇ ਹੁੰਦੇ ਨੇ, ਅਸੀਂ ਰੀਸੈਂਟਲੀ ਕਲੋਜ਼ਿੰਗ ਕੀਤੀ ਹੈ ਜਿਹਦੇ ਵਿੱਚ ਇੱਕ ਗਰਾਜ ਦਾ ਸੀਓ ਨਹੀਂ ਸੀਗਾ, ਤੇ ਅਸੀਂ ਕਲੋਜ਼ਿੰਗ ਕਰਤੀ ਕਿਉਂਕਿ ਉਹ ਸੀਓ ਨਹੀਂ ਸੀਗਾ, ਬਾਇਰ ਵਿਲਸ ਵਿਲਿੰਗ, ਬਾਇਰ ਨੂੰ ਘਰ ਮਿਲ ਰਿਹਾ ਸੀਗਾ, ਉਹਨਾਂ ਸੀਗਾ ਕਿ ਅਸੀਂ ਬਾਅਦ ਚੋਂ ਸੀਓ ਲੈ ਲਾਂਗੇ, ਉਹ ਘਰ ਛੱਡਣਾ ਨਹੀਂ ਚਾਹੁੰਦੇ ਸੀ ਕਿਉਂਕਿ ਬੱਚਿਆਂ ਨੂੰ ਘਰ ਪਸੰਦ ਆ ਗਿਆ, ਤੇ ਅਸੀਂ ਬਿਨਾਂ ਸੀਓ ਦੇ ਗਰਾਜ ਦੇ ਲੋਨ ਅਸੀਂ ਕਲੋਜ਼ ਕਰਤਾ, ਮੈਂ ਹੋ ਗਿਆ। ਹੁਣ ਫਰਦਰ ਅਸੀਂ ਇੱਕ ਹੋਰ ਲੋਨ ਕਰ ਰਹੇ ਹਾਂ ਜਿਹਦੇ ਪਿੱਛੇ ਘਰ ਦੇ ਵਿੱਚ ਐਕਸਟੈਂਸ਼ਨ ਬਣੀ ਹੈ, ਉਹ ਵੀ ਉਹਦੇ ਕੋਲ ਪਰਮਿਟ ਨਹੀਂ ਨੇ, ਸੀਓ ਨਹੀਂ ਨੇ, ਉਹ ਵੀ ਅਸੀਂ ਕਲੋਜ਼ਿੰਗ ਕਰ ਰਹੇ ਹਾਂ। ਅਗਰ ਇਹੋ ਜਿਹੀ ਸਿਚੁਏਸ਼ਨ ਆਉਂਦੀ ਹੈ ਕਿ ਤੁਹਾਡਾ ਬਿਗ ਬੈਂਕ ਨੇ ਨਾ ਕਰਤੀ ਹੈ, ਅਗਰ ਬਾਕੀ ਤੁਹਾਡੀ ਫਾਈਲ ਬਿਲਕੁਲ ਕੰਪਲੀਟ ਹੈ, ਸਾਰੇ ਡਾਕੂਮੈਂਟ ਤੁਹਾਡੇ ਕੋਲ ਰੈਡੀ ਨੇ, ਅਸੀਂ ਫਾਸਟੈਸਟ ਕਲੋਜ਼ਿੰਗ ਜਿਹੜੀ ਅਸੀਂ 21 ਡੇਜ਼ ਕਲੋਜ਼ਿੰਗ ਤੁਹਾਡੀ ਕਰ ਸਕਦੇ ਹਾਂ ਵਿਦ ਓਪਨ ਪਰਮਿਟ, ਵੀ ਕੈਨ ਕਲੋਜ਼, ਕਿਉਂਕਿ ਸਾਡੇ ਕਈ ਬੈਂਕ ਜਿਹੜੇ ਨੇ ਪਰਮਿਟਸ ਨੂੰ ਓਪਨ ਪਰਮਿਟ ਨੂੰ ਰਿਕੁਆਇਰਮੈਂਟ ਨਹੀਂ ਹੁੰਦੀ, ਸੀਓ ਰਿਕੁਆਇਰਮੈਂਟ ਨਹੀਂ ਹੁੰਦੀ, ਤੇ ਐਜ਼ ਲੌਂਗ ਐਜ਼ ਤੁਹਾਡੀ ਫਾਈਲ ਕੰਪਲੀਟ ਹੈ, ਤੁਹਾਡੇ ਡਾਕੂਮੈਂਟ ਪੂਰੇ ਪੂਰੇ ਜਿਹੜੇ ਕੰਪਲੀਟ ਕਰ ਚੁੱਕੇ ਹੋ ਆਲਰੇਡੀ, ਜੋ ਤੁਸੀਂ ਸਪਲਾਈ ਕੀਤੇ ਨੇ ਆਪਣੇ ਵੱਡੇ ਬੈਂਕ ਨੂੰ, ਰਾਈਟ, ਅਗਰ ਤੁਹਾਨੂੰ ਉਹੀਓ ਡਾਕੂਮੈਂਟ ਸਾਨੂੰ ਦੇ ਦਿਓ, ਤੇ ਅਸੀਂ ਉਸ ਡਾਕੂਮੈਂਟ ਦੀ ਬੇਸ ਤੇ ਵਿਲ ਟ੍ਰਾਈ ਟੂ ਕਲੋਜ਼ ਇਟ ਵਿਦਇਨ 21 ਡੇਜ਼। ਬਿਲਕੁਲ, ਉਹਦੇ ਲਈ 7184417000 'ਤੇ ਕਾਲ ਕਰ ਸਕਦੇ ਹੋ, ਹਰਮਨ ਸਿੰਘ ਜੀ ਨਾਲ ਫਰੀ ਪਰਸਨਲ ਕੰਸਲਟੇਸ਼ਨ ਜਿਹੜੀ ਹੈ ਤੁਸੀਂ ਲੈ ਸਕਦੇ ਹੋ। ਹਰਮਨ ਸਿੰਘ ਜੀ, ਕਈ ਸਾਰੇ ਸਰਗਰਮੀਆਂ ਜਿਹੜੀਆਂ ਉਹ ਸੋਸ਼ਲ ਮੀਡੀਆ ਦੇ ਉੱਤੇ ਮੈਂ ਅਕਸਰ ਤੁਹਾਨੂੰ ਪੁੱਛਦਾ, ਉਹਨਾਂ ਨੂੰ ਲੱਗਦਾ ਕਿ ਬਈ ਇਸ ਸਾਲ ਜਿਹੜਾ ਹੈਗਾ ਸਾਡੇ ਪ੍ਰੋਪਰਟੀ ਦੇ ਜਿਹੜੇ ਰੇਟ ਨੇ ਉਹ ਘੱਟ ਸਕਦੇ ਨੇ, ਔਰ ਰੀਅਲ ਸਟੇਟ ਜਿਹੜਾ ਥੱਲੇ ਜਾ ਸਕਦਾ, ਇਸ ਖਬਰ ਨੂੰ ਕਿਸ ਤਰੀਕੇ ਨਾਲ ਵੇਖਦੇ ਹੋ ਤੁਸੀਂ? ਦੇਖੋ, ਜਿਹੜੀ ਓਵਰਆਲ ਜੋ ਨਿਊਜ਼ ਆ ਰਹੀਆਂ ਨੇ, ਸਾਰੇ ਪਾਸੇ ਘਬਰਾਹਟ ਦੀ ਨਿਊਜ਼ ਆ ਰਹੀਆਂ ਨੇ ਕਿ ਲੋਕ ਕੰਮ ਨਹੀਂ ਕਰ ਰਹੇ, ਪ੍ਰਾਪਰਟੀ ਵੈਲਿਊ ਗਿਰਨਗੀਆਂ, ਮਗਰ ਜੋ ਮੇਰਾ ਪਰਸਨਲ ਐਕਸਪੀਰੀਅੰਸ ਹੈ, ਸਾਡੀ ਜੋ ਅਸੀਂ ਬਿਜ਼ਨਸ ਕਰਦੇ ਹਾਂ ਆਪਣੀ ਕਮਿਊਨਿਟੀ ਨਾਲ, ਅਸੀਂ ਆਪਣੀ
ਬਿਲਕੁਲ ਤੇ ਜਿਹੜੇ ਵੀ ਅਸੀਂ ਟ੍ਰਾਂਜੀਸ਼ਨ ਇਸ ਸਮੇਂ ਚੱਲ ਰਿਹਾ ਹੈ, ਜੋ ਸਾਡੀ ਕਮਿਊਨਿਟੀ ਮੂਵ ਹੋ ਰਹੀ ਹੈ, ਲੌਂਗਲੈਂਡ ਮੂਵ ਹੋਣਾ ਚਾਹੁੰਦੀ ਹੈ, ਵੈਲੀ ਸਟ੍ਰੀਮ ਮੂਵ ਹੋ ਰਹੀ ਹੈ, ਆਪਣੇ ਲਿਨਬਰੋਕ ਮੂਵ ਹੋ ਰਹੀ ਹੈ, ਹਿਕਸਵਿਲ ਮੂਵ ਹੋ ਰਹੇ ਨੇ। ਬਿਲਕੁਲ ਹਰਮਨ ਜੀ, ਆਪਾਂ ਉਹ ਵੀ ਜਾਣਾਂਗੇ, ਸਾਡੇ ਨਾਲ ਕਾਲਰਸ ਕਾਫੀ ਸਾਰੇ ਜੁੜ ਗਏ, ਉਹਨਾਂ ਨੂੰ ਵੀ ਗੱਲ ਕਰ ਲੈਣੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਭਾਈ ਸਤਿ ਸ਼੍ਰੀ ਅਕਾਲ, ਕਰਨਾ ਸਿੰਘ ਇੱਥੋਂ ਨਿਊਯਾਰਕ 'ਚ ਬੋਲਣਾ ਪਿਆ। ਤੁਹਾਡੀ ਆਵਾਜ਼ ਨਹੀਂ ਆ ਰਹੀ ਟੀਵੀ 'ਤੇ। ਟੀਵੀ 'ਤੇ ਆਵਾਜ਼ ਨਹੀਂ ਆ ਰਹੀ? ਓਕੇ, ਮੈਂ ਟੈਕਨੀਕਲ ਟੀਮ ਨੂੰ ਕਹਿੰਦਾ, ਇੱਕ ਵਾਰੀ ਚੈੱਕ ਕਰਨਗੇ। ਤੁਸੀਂ ਫਿਰ ਵੀ ਆਪਣੇ ਟੀਵੀ ਸੈੱਟ ਦੀ ਵੋਲਿਊਮ ਨੂੰ ਇੱਕ ਵਾਰੀ ਵਧਾ ਲਿਓ। ਹਾਂਜੀ, ਉਹ ਟਰਾਈ ਕਰਕੇ ਵੇਖੀਏ। ਇਹ ਪਹਿਲਾਂ ਵੀ ਤੁਹਾਡੇ ਪ੍ਰੋਬਲਮ ਚੱਲਦੀ ਪਈ ਹੈ ਅਤੇ ਅੱਜ ਫਿਰ ਚੱਲ ਰਹੀ ਹੈ, ਆਵਾਜ਼ ਨਹੀਂ ਆ ਰਹੀ, ਪਲੀਜ਼ ਕਰਿਓ ਤਾਂ। ਓਕੇ, ਸੋ ਉਹ ਮੈਂ ਆਪਣੀ ਟੀਮ ਨੂੰ ਦਰਖਾਸਤ ਕਰਾਂਗਾ ਕਿ ਇੱਕ ਵਾਰੀ ਕ੍ਰੋਸ ਚੈੱਕ ਕਰ ਲੈਣ। ਹਰਮਨ ਜੀ, ਤੁਸੀਂ ਕੁਝ ਕਹਿ ਰਹੇ ਸੀਗੇ? ਨਹੀਂ, ਅਸੀਂ ਫਰਦਰ ਇਹੀ ਗੱਲ ਕਰ ਰਹੇ ਸੀ ਕਿ ਜਦੋਂ ਕਿ ਅਗਰ ਕੋਈ ਵੀ ਇਸ਼ੂ ਆਵੇ, ਜਦ ਲੋਨ ਦੇ ਬਾਰੇ ਕੋਈ ਐਕਸਟੈਂਸ਼ਨ ਹੈ ਕੁਛ ਹੈ, ਤਾਂ ਉਹਦੇ ਕਲੋਜ਼ਿੰਗ ਵਾਸਤੇ ਆ ਰਹੇ ਸੀ, ਅਤੇ ਦੇ ਕੈਨ ਕਾਲ ਅਸ, ਵੀ ਕੈਨ ਹੈਲਪ ਦਮ ਆਊਟ। ਠੀਕ ਹੈ, 5164417000 ਤੁਸੀਂ ਕਾਲ ਕਰ ਸਕਦੇ ਹੋ। ਫਿਲਹਾਲ ਬ੍ਰੇਕ ਲਈ ਇੱਥੇ ਰੁਕ ਰਹੇ ਹਾਂ, ਜਦ ਬ੍ਰੇਕ ਤੋਂ ਬਾਅਦ ਆਵਾਂਗੇ, ਲਗਾਤਾਰ ਅਸੀਂ ਆਪਣੇ ਇਸ ਪ੍ਰੋਗਰਾਮ ਨੂੰ ਜਾਰੀ ਰੱਖਾਂਗੇ। ਔਰ ਜਿਹੜੇ ਕਾਲਰ ਨੇ ਸਾਨੂੰ ਕਾਲ ਕੀਤਾ ਸੀਗਾ, ਮੈਂ ਉਹਨਾਂ ਨੂੰ ਦਰਖਾਸਤ ਕਰੂੰਗਾ ਕਿ ਉਹ ਆਪਣੇ ਟੀਵੀ ਸੈੱਟ ਦੀ ਵੋਲਿਊਮ ਨੂੰ ਵੇਖਣ। ਸਾਡੇ ਤਰਫੋਂ ਟੈਕਨੀਕਲ ਪ੍ਰੋਬਲਮ ਨਹੀਂ ਹੈ, ਮੈਨੂੰ ਟੈਕਨੀਕਲ ਟੀਮ ਨੇ ਹੁਣੇ ਹੀ ਦੱਸਿਆ। ਫਿਲਹਾਲ ਇੱਕ ਬ੍ਰੇਕ ਲਈ ਇੱਥੇ ਰੁਕ ਰਹੇ ਹਾਂ, ਬ੍ਰੇਕ ਤੋਂ ਬਾਅਦ ਲਗਾਤਾਰ ਇਸ ਪ੍ਰੋਗਰਾਮ ਨੂੰ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ। ਬ੍ਰੇਕ ਤੋਂ ਬਾਅਦ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਲੈ ਕੇ ਚੱਲਦੇ ਹਾਂ ਸਿੱਧਾ ਅਸੀਂ ਤੁਹਾਨੂੰ ਪੰਜਾਬ ਐਵੇਨਿਊ, ਜਿੱਥੇ ਸਾਡੇ ਨਾਲ ਮੌਜੂਦ ਨੇ ਹਰਮਨ ਸਿੰਘ ਜੀ। ਇਹ ਪੰਜਾਬ ਐਵੇਨਿਊ ਇੰਡੀਆ ਦੇ ਵਿੱਚ ਨਹੀਂ ਹੈ, ਸਗੋਂ ਅਮੈਰੀਕਾ ਦੇ ਵਿੱਚ ਹੀ ਮੌਜੂਦ ਹੈ, ਰਿਚਮੰਡ ਹਿੱਲ ਦੇ ਵਿੱਚ ਮੌਜੂਦ ਹੈ, ਜਿੱਥੇ ਹਰਮਨ ਸਿੰਘ ਜੀ ਰੀਅਲ ਅਸਟੇਟ ਦੀ ਐਡਵਾਈਸ ਔਰ ਮੋਰਗੇਜ ਦੀ ਐਡਵਾਈਸ ਹਮੇਸ਼ਾ ਲੈ ਕੇ ਆਉਂਦੇ ਨੇ। ਔਰ ਮੋਰਗੇਜ ਜਗਤ ਦੇ ਵਿੱਚ ਜਿਹੜੀ ਸਰਗਰਮੀਆਂ ਨੇ ਉਹ ਸਾਨੂੰ ਦੱਸ ਵੀ ਰਹੇ ਨੇ। ਰੀਫਰੈਂਸ ਪ੍ਰੋਗਰਾਮ, ਰੇਟ ਆਫ ਇੰਟਰਸਟ, ਜਿਵੇਂ ਉਹਨਾਂ ਨੇ ਦੱਸਿਆ ਕਿ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਮਾਰਕੀਟ ਔਰ ਹੌਟ ਹੋਏਗੀ, ਤੁਸੀਂ ਹਜੇ ਤੱਕ ਆਪਣਾ ਮਨ ਨਹੀਂ ਬਣਾਇਆ, ਪ੍ਰੀ ਅਪਰੂਵਲ ਨਹੀਂ ਕਰਾਇਆ, ਰੀਫਾਈਨੈਂਸ ਪ੍ਰੋਗਰਾਮ ਦੇ ਬਾਰੇ ਜਾਣਕਾਰੀ ਨਹੀਂ ਲਿੱਤੀ, ਤਾਂ 5164417000 'ਤੇ ਕਾਲ ਕਰੋ। 1995 ਤੋਂ ਲੈ ਕੇ ਹੁਣ ਤੱਕ, ਯਾਨੀ ਕਿ ਲਗਭਗ ਇਹਨਾਂ ਨੂੰ 25 ਕੁ ਸਾਲ ਤੋਂ ਵੀ ਜ਼ਿਆਦਾ ਦਾ ਤਜੁਰਬਾ ਜਿਹੜਾ ਇਸ ਇੰਡਸਟਰੀ ਦੇ ਵਿੱਚ ਹੋ ਚੁੱਕਿਆ ਹੈ। ਔਰ ਸਭ ਤੋਂ ਪਹਿਲੀ ਪੰਜਾਬੀ ਇਹ ਔਰਗਨਾਈਜੇਸ਼ਨ ਸੀਗੀ, ਇਹ ਇੰਡਸਟਰੀ ਸੀਗੀ ਰਿਚਮੰਡ ਹਿੱਲ ਦੇ ਵਿੱਚ, ਜਿਨ੍ਹਾਂ ਨੇ ਮੋਰਗੇਜ ਦਾ ਬਿਜ਼ਨਸ ਸ਼ੁਰੂ ਕੀਤਾ, ਆਪਣੇ ਮਾਂ ਬੋਲੀ ਦੇ ਵਿੱਚ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਕਈ ਸਾਰੇ ਲੋਕਾਂ ਦੀ ਲਾਈਫ ਨੂੰ ਚੇਂਜ ਹਰਮਨ ਸਿੰਘ ਜੀ ਕਰ ਚੁੱਕੇ ਨੇ। ਕਈ ਸਾਰੇ ਬਿਜ਼ਨਸਮੈਨ ਜਿਹੜੇ ਅੱਜ ਨਿਊਯਾਰਕ ਦੀ ਧਰਤੀ ਦੇ ਉੱਤੇ ਜਾਂ ਫਿਰ ਵੱਖ ਵੱਖ ਸਟੇਟਾਂ ਦੇ ਵਿੱਚ ਉਹਨਾਂ ਨੇ ਆਪਣਾ ਬਿਜ਼ਨਸ ਇਸਟੈਬਲਿਸ਼ ਕੀਤਾ, ਉਹ ਹਰਮਨ ਸਿੰਘ ਜੀ ਨੂੰ ਅੱਜ ਵੀ ਯਾਦ ਕਰਦੇ ਨੇ ਉਹਨਾਂ ਦੀ ਰਾਈਟ ਐਡਵਾਈਸ ਨੂੰ। ਇਸ ਕਰਕੇ ਹਰਮਨ ਸਿੰਘ ਜੀ ਤੁਹਾਨੂੰ ਇਹੀ ਅਪੀਲ ਕਰ ਰਹੇ ਨੇ ਕਿ ਇੱਕ ਵਾਰੀ ਮੁਲਾਕਾਤ ਤਾਂ ਕਰ ਲਓ, ਹਜੇ ਤੱਕ ਤੁਸੀਂ ਅਗਰ ਨਹੀਂ ਕੀਤੀ, ਇੱਕ ਵਾਰੀ ਮਿਲ ਤਾਂ ਲਵੋ, ਚਾਹ ਵੀ ਪਿਲਾਉਣਗੇ ਤੁਹਾਨੂੰ ਪੰਜਾਬ ਐਵੇਨਿਊ ਦੇ ਉੱਤੇ ਵਧੀਆ ਜਿਹਾ, ਸਾਹਮਣੇ ਕਈ ਸਾਰੇ ਸਟੋਰਸ ਨੇ, ਉਹਦੇ ਸਮੋਸਾ ਵੀ ਖਿਲਾਉਣਗੇ, ਮਿਠਾਈ ਵੀ ਖਿਲਾਉਣਗੇ, ਪਰ ਇੱਕ ਵਾਰੀ ਜਾ ਕੇ ਉਹਨਾਂ ਨੂੰ ਮਿਲੋ ਔਰ ਮਸਾਲਾ ਚਾਹ ਦਾ ਇਹਨਾਂ ਦੇ ਨਾਲ ਆਨੰਦ ਮਾਣੋ। ਬਹੁਤ ਵਧੀਆ ਚਾਹ ਜਿਹੜੀ ਹੈਗੀ ਹੈ ਪੰਜਾਬ ਐਵੇਨਿਊ ਦੇ ਉੱਤੇ, ਪਕੌੜੇ ਜਿਹੜੇ ਨੇ ਉਹ ਮਿਲਦੇ ਨੇ। ਤੁਹਾਡਾ ਮਨ ਕਰ ਰਿਹਾ ਹੋਣਾ ਮਿਲਣ ਦਾ ਹਰਮਨ ਸਿੰਘ ਜੀ ਨੂੰ, ਅਗਰ ਤੁਹਾਡਾ ਚਾਹ ਔਰ ਪਕੌੜਿਆਂ ਖਾਣ ਦਾ ਮਨ ਹੈ ਪੰਜਾਬ ਐਵੇਨਿਊ ਦੇ ਉੱਤੇ ਜਾ ਕੇ, ਫਿਰ ਦਫ਼ਤਰ ਇਹਨਾਂ ਦਾ ਉੱਥੇ ਹੀ ਹੈ, ਜਾ ਕੇ ਇਹਨਾਂ ਨੂੰ ਵੀ ਹੈਲੋ ਬੁਲਾ ਲਿਓ ਔਰ ਆਪਣਾ ਪ੍ਰੀ ਅਪਰੂਵਲ ਦੀ ਜਾਣਕਾਰੀ ਜਾਂ ਫਿਰ ਕ੍ਰੈਡਿਟ ਨੂੰ ਕਿਵੇਂ ਰਿਪੇਅਰ ਕਰਨਾ, ਜਾਂ ਫਿਰ ਤੁਹਾਡੇ ਕੋਲ ਪੇਪਰ ਨਹੀਂ ਹੈਗੇ ਲੇਕਿਨ ਘਰ ਚਾਹੀਦਾ, ਇੱਕ ਛੱਤ ਦੇ ਥੱਲੇ ਤੁਹਾਨੂੰ ਸਾਰੀਆਂ ਸੇਵਾਵਾਂ ਦੇਣਗੇ। 5164417000 'ਤੇ ਕਾਲ ਮਿਲਾ ਕੇ ਆਪਣੀ ਅਪੁਆਇੰਟਮੈਂਟ ਹੁਣੇ ਹੀ ਬੁੱਕ ਕਰਾ ਲਿਓ। ਹਰਮਨ ਜੀ, ਸਾਡੇ ਕੋਲ ਹੋਰ ਵੀ ਕਈ ਸਾਰੇ ਸਵਾਲ ਜਿਹੜੇ ਨੇ ਉਹ ਦਰਸ਼ਕਾਂ ਦੇ ਆਏ ਹੋਏ ਨੇ, ਉਹਦੇ ਉੱਤੇ ਵੀ ਜਾਣਕਾਰੀ ਲੈ ਲਈਏ। ਆਈ ਓਨਲੀ ਹੈਵ ਵਨ ਕ੍ਰੈਡਿਟ ਕਾਰਡ ਐਂਡ ਹੈਵਿੰਗ ਪ੍ਰੋਬਲਮ ਗੈਟਿੰਗ ਪ੍ਰੀ ਅਪਰੂਵਲ, ਕੈਨ ਯੂ ਹੈਲਪ ਅਸ ਵਿਦ ਦ ਪ੍ਰੀ ਅਪਰੂਵਲ? ਡੈਫੀਨੇਟਲੀ ਤੁਹਾਨੂੰ ਹੈਲਪ ਕਰ ਸਕਦੇ, ਤੁਹਾਨੂੰ ਗਾਈਡ ਕਰ ਸਕਦੇ ਹਾਂ, ਕਿਉਂਕਿ ਇੱਕ ਕ੍ਰੈਡਿਟ ਕਾਰਡ ਦੇ ਨਾਲ ਕਈ ਵਾਰ ਬੈਂਕ ਲੋਨ ਨਹੀਂ ਅਪਰੂਵ ਕਰਦੇ ਕਿ ਤੁਹਾਡਾ ਪ੍ਰੋਪਰ ਇੱਕ ਤੁਹਾਡੀ ਕ੍ਰੈਡਿਟ ਰਿਪੋਰਟ ਜਿਹੜੀ ਹੈ ਉਹ ਨਹੀਂ ਐਸਟੈਬਲਿਸ਼ ਹੁੰਦੀ, ਪ੍ਰੋਪਰ ਬਣਦੀ। ਉਹ ਤਾਂ ਬੈਸਟ ਤਰੀਕਾ ਵੇ ਕਿ ਸਟੋਰ ਕਾਰਡ ਜਿਹੜੇ ਹੁੰਦੇ ਨੇ, ਜੋ ਕੋਈ ਜੇਸੀ ਪੈਨੀ, ਕੋਲਸ ਜਾਂ ਸੀਅਰਸ, ਟਾਰਗੇਟ, ਉੱਥੋਂ ਜਾ ਕੇ ਕੋਈ ਸਮਾਨ ਖਰੀਦੋ, ਕਾਊਂਟਰ 'ਤੇ ਜਾ ਕੇ ਕਾਰਡ ਅਪਲਾਈ ਕਰੋ। ਜਦੋਂ ਤੁਸੀਂ ਸਿਰਫ ਸਟੋਰ ਕਾਰਡ ਅਪਲਾਈ ਕਰਦੇ ਹੋ, ਕਰਦੇ ਹੋ, ਕਈ ਵਾਰ ਉਹ ਡਿਨਾਈ ਹੋ ਜਾਂਦਾ ਵੇ, ਅਤੇ ਬੈਸਟ ਆ ਕਿ ਕੋਈ ਚੀਜ਼ ਬਾਏ ਕਰੋ $50 ਦੀ, ਕਾਊਂਟਰ 'ਤੇ ਜਾ ਕੇ ਕਾਰਡ ਅਪਲਾਈ ਕਰੋ, ਤੁਹਾਨੂੰ ਪੁੱਛਦੇ ਵੀ ਨਾ ਅਪਲਾਈ ਵੁੱਡ ਯੂ ਲਾਈਕ ਹੈਵ ਅ ਕ੍ਰੈਡਿਟ ਕਾਰਡ, ਸਟੋਰ ਕਾਰਡ, ਉਹ ਤੁਹਾਨੂੰ ਕਾਰਡ ਮਿਲ ਜਾਏਗਾ। ਮਹੀਨੇ 2 ਮਹੀਨੇ ਤੁਹਾਡਾ ਕ੍ਰੈਡਿਟ ਜਿਹੜੇ ਕਾਰਡ ਜਿਹੜੇ ਨੇ ਤੁਹਾਡੇ ਕ੍ਰੈਡਿਟ ਰਿਪੋਰਟ 'ਤੇ ਆ ਜਾਣਗੇ। ਜਦੋਂ 2 ਜਾਂ 3 ਕ੍ਰੈਡਿਟ ਕਾਰਡ ਟੋਟਲ ਸਟੋਰ ਕਾਰਡ ਦੇ ਕ੍ਰੈਡਿਟ ਕਾਰਡ ਮਿਲ ਕੇ ਆ ਗਏ, ਤਾਂ ਉਦੋਂ ਤੁਹਾਡੀ ਕ੍ਰੈਡਿਟ ਰਿਪੋਰਟ ਜਿਹੜੀ ਹੈ ਉਹ ਐਸਟੈਬਲਿਸ਼ ਹੋ ਜਾਂਦੀ ਹੈ ਫਾਰ ਮੋਰਗੇਜ ਪਰਪਸ। ਇਸ ਕਰਕੇ ਉਹਦੇ ਅਗਰ ਕੋਈ ਤੁਹਾਨੂੰ ਫਰਦਰ ਐਡਵਾਈਸ ਚਾਹੀਦੀ ਹੈ ਕ੍ਰੈਡਿਟ ਬਿਲਡਅਪ ਵਾਸਤੇ, ਸਾਨੂੰ ਕਾਲ ਕਰੋ। ਇੱਕ ਕ੍ਰੈਡਿਟ ਕਾਰਡ ਨਾਲ ਦਿੱਕਤ ਆਉਂਦੀ ਹੈ, ਮਗਰ ਸਾਡੇ ਕੋਲ ਕੁਛ ਲੈਂਡਰ ਹੈਗੇ ਨੇ ਬੈਂਕ ਜਿਹੜੇ ਨੇ ਜਿਹੜੇ ਕਰਦੇ ਨੇ ਕ੍ਰੈਡਿਟ ਕਾਰਡ ਨਾਲ, ਬਟ ਡਿਪੈਂਡਸ ਔਨ ਕਿ ਡਾਊਨ ਪੇਮੈਂਟ ਕਿੰਨੀ ਦੇ ਰਹੇ ਹੋ, ਤੁਹਾਡਾ ਓਵਰਆਲ ਸਿਚੁਏਸ਼ਨ ਕੀ ਹੈ ਉਹਦੀ ਬੇਸ ਦੇ ਉੱਤੇ, ਬਟ ਇਟਸ ਅ ਲਿਟਲ ਟਫ, ਬਟ ਅਸੀਂ ਤੁਹਾਨੂੰ ਗਾਈਡ ਕਰ ਸਕਦੇ ਹਾਂ। ਫਰਦਰ ਅਸੀਂ ਗੱਲ ਕਰ ਰਹੇ ਸੀ ਪੈਸੇ, ਜਦੋਂ ਬ੍ਰੇਕ ਤੋਂ ਪਹਿਲਾਂ ਗੱਲ ਕਰ ਰਹੇ ਸੀ ਵੀ ਪ੍ਰਾਈਸਿਸ ਕਰੈਸ਼ ਹੋਣਗੀਆਂ ਜੀ, ਪ੍ਰਾਈਸਿਸ ਕਰੈਸ਼ ਹੋਣ ਦੇ ਚਾਂਸਿਸ ਬਹੁਤ ਘੱਟ ਨੇ, ਜੋ ਸਾਡੇ ਏਰੀਆਜ਼ ਵਿੱਚ ਜੋ
ਤੁਸੀਂ ਓਪਨ ਹਾਊਸ ਦੇਖਣ ਜਾਓ ਉੱਥੇ 10-10, 15-15 ਫੈਮਲੀਆਂ ਲਾਈਨ 'ਚ ਲੱਗੀਆਂ ਹੁੰਦੀਆਂ ਘਰ ਵੇਖਣ ਵਾਸਤੇ, ਕਿਉਂਕਿ ਬਹੁਤ ਜ਼ਬਰਦਸਤ ਟ੍ਰਾਂਜੀਸ਼ਨ ਹੋ ਰਿਹਾ ਕੋਵਿਡ ਕਰਕੇ, ਫੀਅਰ ਕਰਕੇ ਪਬਲਿਕ ਮੂਵ ਹੋ ਰਹੀ ਹੈ ਅਪਾਰਟਮੈਂਟਸ ਤੋਂ ਘਰਾਂ ਵਿੱਚ। ਅਤੇ ਮੇਰਾ ਨਹੀਂ ਖਿਆਲ ਕਿ ਅਗਲੇ 2-3 ਸਾਲ 4 ਸਾਲ ਕੋਈ ਪ੍ਰਾਈਜ਼, ਸਾਡੇ ਜਿਹੜੇ ਏਰੀਆਜ਼ ਡੈਜ਼ੀਗਨੇਟਿਡ ਏਰੀਆਜ਼ ਹੈਗੇ ਨੇ ਉੱਥੇ ਕੋਈ ਪ੍ਰਾਈਜ਼ ਦਾ ਫਰਕ ਪਏਗਾ। ਜਿਵੇਂ ਰਿਚਮੰਡ ਵਿੱਚ 2008 'ਚ ਕ੍ਰੈਸ਼ ਹੋਇਆ ਸੀ, ਕੋਈ ਜ਼ਿਆਦਾ ਫਰਕ ਨਹੀਂ ਪਿਆ ਸੀਗਾ। ਐਸੇ ਅਗਰ ਤੁਹਾਡਾ ਮਾਇੰਡ ਬਣ ਰਿਹਾ ਕਰ ਲੈਣ ਦਾ, ਇਹ ਨਾ ਮਨ ਸੋਚੋ ਕਿ ਅਗਰ ਪ੍ਰਾਈਸ ਕਰ, ਅਲਟੀਮੇਟਲੀ ਰੀਅਲ ਇਸਟੇਟ ਜਿਹੜੀ ਉਹ ਉੱਪਰ ਜਾਂਦੀ ਹੈ। ਠੀਕ ਅਗਰ ਥੋੜੀ ਜਿਹੀ ਡ੍ਰਾਪ ਹੋਈ ਵੀ ਤੁਸੀਂ ਕਰ ਲਿਆ 10-15 ਸਾਲ ਰਹਿਣ ਵਾਸਤੇ। ਜੀ ਬਿਲਕੁਲ ਹਰਮਨ ਜੀ, ਸਾਡੇ ਨਾਲ ਕਾਲਜ ਵਿੱਚ ਜੁੜੇ ਹੋਏ ਨੇ, ਉਹਨਾਂ ਨੂੰ ਵੀ ਨਾਲ ਨਾਲ ਸੁਣਦੇ ਰਹੀਏ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਰਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਮੈਂ ਪੂਰਨ ਸਿੰਘ ਬੋਲ ਰਿਹਾ ਜੀ, ਬੇਕਰਫੀਲਡ ਕੈਲੀਫੋਰਨੀਆ ਤੋਂ। ਹਾਂਜੀ, ਔਰ ਤੁਹਾਡੇ ਇਸ ਚੈਨਲ ਦੀ ਆਵਾਜ਼ ਨਹੀਂ ਇਕੱਲੇ ਦੀ ਆ ਰਹੀ, ਬਾਕੀ ਸਾਰੀਆਂ ਚੈਨਲਾਂ ਦੀ ਆਵਾਜ਼ ਆ ਰਹੀ ਆ। ਵੀ ਕੈਨ ਓਨਲੀ ਜਸਟ ਕਾਂਟ ਲਿਸਨ ਐਨੀਥਿੰਗ ਨੋ। ਤੁਹਾਡੇ ਕੋਲ ਬਾਕਸ ਜਿਹੜਾ ਲੱਗਿਆ ਹੋਇਆ ਜੀ, ਕਿਹੜਾ ਇਲੀਗਲ ਬਾਕਸ ਲੱਗਿਆ ਕਿ ਕਿਹੜਾ ਬਾਕਸ ਹੈ ਜੀ? ਇਹ ਨਹੀਂ ਪਤਾ ਕਿਹੜਾ ਬਾਕਸ ਆ, ਇੱਥੋਂ ਕੈਨੇਡਾ ਤੋਂ ਹੀ ਆਇਆ ਹੋਇਆ। ਹਾਂਜੀ, ਤੇ ਇਹ ਇਲੀਗਲ ਬਾਕਸ ਹੈ, ਜਿਹੜੇ ਵੀ ਕੈਨੇਡਾ ਵਾਲੇ ਨੇ ਇਲੀਗਲ ਬਾਕਸ ਨਹੀਂ, ਸਾਡੀ ਫੀਡ ਜਿਹੜੀ ਹੈ ਉਹ ਜਿਹੜੇ ਆਥੋਰਾਈਜ਼ਡ ਬਾਕਸਿਸ ਨੇ ਉਹਨਾਂ ਦੇ ਉੱਤੇ ਫੀਡ ਵਧੀਆ ਜਾ ਰਹੀ ਹੈ, ਆਵਾਜ਼ ਆ ਰਹੀ ਹੈ। ਜਿਹੜੇ ਇਹ ਕੈਨੇਡਾ ਵਾਲੇ ਬਾਕਸਿਸ ਨੇ ਇਲੀਗਲ ਬਾਕਸਿਸ ਨੇ, ਆਉਂਦੀ ਸੀ ਇਹਦੇ ਤੇ ਆਵਾਜ਼ ਅੱਜ ਹੀ ਨਹੀਂ ਆ ਰਹੀ, ਕਿਉਂਕਿ ਜੀ ਇਹ ਪਿੱਛੋਂ ਦੀ ਇਲੀਗਲ ਬਾਕਸਿਸ ਦੇ ਉੱਤੇ ਜਿਹੜੀ ਹੈ ਆਵਾਜ਼ ਦੀ ਪ੍ਰੋਬਲਮ ਤੁਹਾਨੂੰ ਆ ਸਕਦੀ ਹੈ। ਅਸੀਂ ਇਹੀ ਰਿਕੁਐਸਟ ਕਰਦੇ ਹਾਂ ਆਪਣੇ ਸਾਰੇ ਦਰਸ਼ਕਾਂ ਨੂੰ ਕਿ ਜਿਹੜੇ ਲੀਗਲ ਬਾਕਸਿਸ ਨੇ ਉਹ ਲਗਵਾਓ, ਜੇਕਰ ਤੁਸੀਂ ਜਸ ਪੰਜਾਬੀ ਦੇ ਇਹਨਾਂ ਪ੍ਰੋਗਰਾਮਾਂ ਨੂੰ ਸੁਣਨਾ ਚਾਹੁੰਦੇ ਹੋ, ਇਹਨਾਂ ਪ੍ਰੋਗਰਾਮਾਂ ਨੂੰ ਤੁਸੀਂ ਵੇਖਣਾ ਚਾਹੁੰਦੇ ਹੋ, 5164417000 ਹੈ ਹਰਮਨ ਸਿੰਘ ਜੀ ਹੋਰਾਂ ਦਾ ਨੰਬਰ ਹੈ। ਡਿਸ਼ ਸਲਿੰਗ ਜਿਹੜੇ ਲੀਗਲ ਹੈ ਬਾਕਸਿਸ ਨੇ, ਇਹਦੀ ਵਰਤੋਂ ਤੁਸੀਂ ਜ਼ਰੂਰ ਕਰੋ, ਕਿਉਂਕਿ ਜਦ ਤੁਸੀਂ ਵਰਤੋਂ ਇਹਦੀ ਕਰਦੇ ਹੋ ਤਾਂ ਇਹ ਤਾਂ ਕੁਆਲਿਟੀ ਵੀ ਜਿਹੜੀ ਹੈ ਉਹ ਵਧੀਆ ਮਿਲਦੀ ਹੈ, ਔਰ ਤੁਹਾਨੂੰ ਆਵਾਜ਼ ਵੀ ਜਿਹੜੀ ਹੈ ਆਹ ਬਾਕਮਾਲ ਤਰੀਕੇ ਨਾਲ ਤੁਹਾਡੇ ਘਰਾਂ ਦੇ ਵਿੱਚ, ਤੁਹਾਡੇ ਕੰਨਾਂ ਦੇ ਵਿੱਚ ਪਹੁੰਚਦੀ ਹੈ। ਹਰਮਨ ਜੀ, ਇੱਕ ਸਵਾਲ ਮੈਂ ਜਾਂਦੇ ਜਾਂਦੇ ਤੁਹਾਡੇ ਤੋਂ ਹੋਰ ਲੈ ਲਵਾਂ ਕਿ ਜਿਹੜੇ ਸਾਡੇ ਦਰਸ਼ਕ ਇਸ ਟਾਈਮ COVID-19 ਦੇ ਕ੍ਰਾਈਸਿਸ ਤੋਂ ਬਾਹਰ ਆ ਰਹੇ ਨੇ, ਲੈਂਡਲੋਰਡ ਔਰ ਟੈਨੈਂਟਸ ਦੇ ਵਿੱਚ ਕਈ ਸਾਰੇ ਮਤਭੇਦ ਹੋ ਰਹੇ ਨੇ, ਉਹਨਾਂ ਨੂੰ ਤੁਸੀਂ ਕੀ ਐਡਵਾਈਸ ਕਰਨਾ ਚਾਹੋਗੇ, ਕਿਉਂਕਿ ਤੁਸੀਂ ਖੁਦ ਆਪ ਵੀ ਇੱਕ ਲੈਂਡਲੋਰਡ ਹੈਗੇ ਹੋ, ਕਈ ਸਾਰੇ ਜਿਹੜੇ ਟੈਨੈਂਟਸ ਨੇ ਉਹ ਤੁਹਾਡੇ ਕੋਲ ਵੀ ਨੇ, ਸੋ ਐਜ਼ ਅ ਲੈਂਡਲੋਰਡ ਮੈਂ ਤੁਹਾਡੇ ਤੋਂ ਜਾਣਨਾ ਚਾਹਾਂਗਾ ਕਿ ਕੀ ਤੁਹਾਨੂੰ ਸਮਝਣਾ ਚਾਹੀਦਾ ਉਹਨਾਂ ਦੀਆਂ ਵੀ ਪਰੇਸ਼ਾਨੀਆਂ। ਦੇਖੋ ਇਹ ਬੜੀ ਟਫ ਸਿਚੁਏਸ਼ਨ ਹੈਗੀ ਹੈ, ਕਿਉਂਕਿ ਤੁਸੀਂ ਮੈਂਸ਼ਨ ਕੀਤਾ ਕਿ ਅਸੀਂ ਲੈਂਡਲੋਰਡ ਵੀ ਹਾਂ, ਅਤੇ ਮਗਰ ਉਹਦਾ ਕਾਫੀ ਟੈਨੈਂਟ ਸਾਡੇ ਪਰੇਸ਼ਾਨ ਨੇ, ਅਤੇ ਉਹਦਾ ਇੱਕੋ ਸੋਲੂਸ਼ਨ ਅਸੀਂ ਜੋ ਅਲਟੀਮੇਟਲੀ ਕੱਢਿਆ ਕਿ ਅਸੀਂ ਹਰ ਟੈਨੈਂਟ ਨਾਲ ਬੈਠ ਕੇ ਅਸੀਂ ਵਰਕਆਊਟ ਕੀਤਾ ਜੀ। ਕਿਸੇ ਟੈਨੈਂਟ ਕੋਲ ਥੋੜ੍ਹਾ ਬਹੁਤਾ ਘੱਟ ਸੀਗਾ ਰੈਂਟ, ਅਸੀਂ ਲਿੱਤਾ ਉਹਨਾਂ ਕੋਲੋਂ। ਬਾਕੀ ਹੁਣ ਜਿਹੜੀ ਸਿਚੁਏਸ਼ਨ ਚੱਲ ਰਹੀ ਹੈ ਪਿਛਲੇ 6-8 ਮਹੀਨੇ ਤੋਂ, ਕਾਫੀ ਸਾਰੇ ਤਕਰੀਬਨ ਆਲ ਬੈਕ ਟੂ ਨਾਰਮਲ ਹੋ ਗਏ ਨੇ, ਸਾਰੇ ਦੇ ਕੰਮ ਕਰਨ ਲੱਗ ਪਏ ਨੇ, ਕਿਸੇ ਨੂੰ ਅਨਇੰਪਲੋਇਮੈਂਟ ਆਈਆਂ, ਸਭ ਨੇ ਪੇ ਕਰਤਾ, ਬਟ ਇਟ ਇਜ਼ ਅ ਸਿਚੁਏਸ਼ਨ ਜਿਹੜੀ ਹੈ ਕਈ ਕਮਿਊਨਿਟੀ ਵਿੱਚ ਬਹੁਤ ਜ਼ਿਆਦਾ ਖਰਾਬ ਹੈ। ਸਾਡੀ ਕਮਿਊਨਿਟੀ 'ਚ ਇੰਨੀ ਖਰਾਬ ਨਹੀਂ ਹੈ ਕਿ ਸਾਡੀ ਕਮਿਊਨਿਟੀ ਜਿਹੜੀ ਹੁੰਦੀ ਬੇਸਿਕਲੀ ਹਾਰਡ ਵਰਕਿੰਗ ਐਂਡ ਆਪਣੇ ਯੂਨੋ ਇੱਕ ਪ੍ਰੈਸਟੀਜ ਹੁੰਦੀ, ਕਿਵੇਂ 'ਚ ਹੁੰਦੀ, ਤਾਂ ਇਸ ਕਰਕੇ ਉਹਦੇ ਜ਼ਿਆਦਾ ਨਹੀਂ ਸਾਨੂੰ ਦਿੱਕਤ ਆਉਂਦੀ ਜੀ। ਮਗਰ ਬਾਕੀ ਕਮਿਊਨਿਟੀ ਜਿਹੜੀਆਂ ਡਿਫਰੈਂਟ ਹੁੰਦੀਆਂ, ਜਿਹਨਾਂ ਦੀ ਮਿਨੀਮਮ ਵੇਜਿਸ 'ਤੇ ਕੰਮ ਕੀਤਾ, ਘੱਟ ਕੰਮ ਕੀਤਾ, ਪੈਸੇ ਲਿਮਿਟਡ ਹੋਏ, ਅਤੇ ਉਸ ਕਰਕੇ ਉਹਨਾਂ ਨੂੰ ਥੋੜ੍ਹਾ ਦਿੱਕਤ ਆ ਗਈ। ਮਗਰ ਅਸੀਂ ਵੀ ਟਰਾਈ ਟੂ ਵਰਕ ਆਊਟ ਵਿਦ ਐਵਰੀ ਬਾਡੀ ਕਿ ਜੋ ਵਰਕ, ਕਿਉਂਕਿ ਸਿਚੁਏਸ਼ਨ ਟਫ ਹੈਗੀ ਸਾਰਿਆਂ ਵਾਸਤੇ, ਟੈਨੈਂਟ ਵਾਸਤੇ ਵੀ ਅਤੇ ਲੈਂਡਲੋਰਡ ਵਾਸਤੇ ਵੀ। ਅਤੇ ਇਜ਼ ਅ ਬੈਸਟ ਐਡਵਾਈਸ ਕਿ ਵੀ ਜਿਹੜੀ ਤੁਸੀਂ ਅਗਰ ਵਰਕਆਊਟ ਕਰੋ ਕਿ ਟੈਨੈਂਟ ਵੀ ਰਹਿੰਦਾ ਰਹੇ ਅਤੇ ਉਹਦਾ ਟਾਈਮ ਵੀ ਨਿਕਲ ਜਾਵੇ, ਅਲਟੀਮੇਟਲੀ ਟਾਈਮ ਤਾਂ ਨਿਕਲ ਜਾਣਾ, ਇੱਕ ਟਾਈਮ ਫੋਰ ਐਵਰ ਨਹੀਂ ਰਹਿਣਾ, ਥੋੜ੍ਹਾ ਟਾਈਮ ਹੈਗਾ ਵੀ, ਕੋਵਿਡ ਦਾ ਟਾਈਮ ਅੱਗੇ ਨਾਲ ਬੈਟਰ ਹੋ ਰਿਹਾ ਡੇ ਬਾਈ ਡੇ, ਇਟ ਮਾਈਟ ਗੋ ਅਵੇ ਦਿਸ ਈਅਰ, ਅਗਰ ਚਲਾ ਗਿਆ ਤਾਂ ਸ਼ੁੱਡ ਬੀ ਬੈਕ ਟੂ ਨਾਰਮਲ। ਸੋ ਥੋੜ੍ਹਾ ਟਾਈਮ ਮੌਕਾ, ਇਹ ਮਿਲ ਜੁਲ ਕੇ ਕੱਟ ਲਓ ਤਾਂ ਨਿਕਲ ਜਾਏਗਾ। ਅਗਰ ਕਈ ਐਕਸਟ੍ਰੀਮ ਹੁੰਦੀਆਂ ਨੇ ਜਿਹਦੇ ਸਾਨੂੰ ਦਿੱਕਤ ਆਉਂਦੀਆਂ, ਕਈ ਸਾਰੇ ਟਾਈਮ ਬਿਲਕੁਲ ਨਹੀਂ ਪੇ ਕਰਦੇ, ਦੈਨ ਵੀ ਹੈਵ ਟੂ ਗੋ ਟੂ ਕੋਰਟ ਟੂ ਗੋ ਹੈਲਪ ਲੈਣੀ ਪੈਂਦੀ ਕੋਰਟ ਦੀ। ਮਗਰ ਇਹ ਜੋ ਕਰੰਟ ਸਿਚੁਏਸ਼ਨ 'ਚ ਮੋਸਟ ਆਫ ਦ ਟੈਨੈਂਟਸ ਆਰ ਸਟਰਗਲਿੰਗ ਐਂਡ ਦੇ ਟਰਾਈ ਟੂ ਮੇਕ ਇਟ ਵਰਕ। ਅਸੀਂ ਦੇਖਿਆ ਕਿ ਟੈਨੈਂਟ ਬੜੀ ਮਿਹਨਤ ਕਰ ਰਹੇ, ਕੋਸ਼ਿਸ਼ ਕਰ ਰਹੇ ਨੇ ਟਰਾਈ ਟੂ, ਕਿਉਂਕਿ ਕੋਈ ਵੀ ਟੈਨੈਂਟ ਆਪਣਾ ਘਰ ਛੱਡ ਕੇ ਮੂਵ ਨਹੀਂ ਕਰਨਾ ਚਾਹੁੰਦਾ। ਠੀਕ ਹੈ, ਹਰਮਨ ਜੀ, ਕਈ ਵਾਰ ਇਹ ਵੀ ਹੋ ਰਿਹਾ ਕਿ ਜਿਹੜੇ ਲੈਂਡਲੋਰਡ ਆ ਹੁਣ ਉਹ ਵੇਚਣਾ ਚਾਹੁੰਦਾ ਹੈ, ਲੇਕਿਨ ਕਈ ਸਾਡੇ ਜਿਹੜੇ ਟੈਨੈਂਟਸ ਨੇ ਉਹਨਾਂ ਦੇ ਕੋਲ ਇੰਨੇ ਪੈਸੇ ਨਹੀਂ ਹੈਗੇ, ਤਾਂ ਓਮਨੀ ਉਹਨਾਂ ਨੂੰ ਕਿਵੇਂ ਹੈਲਪ ਕਰ ਸਕਦਾ? ਦੇਖੋ ਉਹਦੇ 'ਚ ਕਿਹਾ ਕਿ ਅਸੀਂ ਜਿਹੜੀ ਹੈਲਪ ਕਰਦੇ ਹਾਂ, ਬੜਾ ਅੱਛਾ ਕੁਸ਼ਚਨ ਤੁਸੀਂ ਸਾਨੂੰ ਪੁੱਛਿਆ ਹੈਗਾ ਵੇ ਕਿ ਅਸੀਂ ਇੱਕ ਬੜੀ ਇੱਕ ਬਹੁਤ ਹੀ ਗੁੱਡ ਟੋਪਿਕ ਹੈ ਤੁਸੀਂ ਦੱਸੋ, ਮੈਂ ਕਦੀ ਮੈਂਸ਼ਨ ਕਦੀ ਆਇਆ ਨਹੀਂ। ਅਸੀਂ ਸਾਡੇ ਕੋਲ ਬੜੀ ਵਾਰ ਸਿਚੁਏਸ਼ਨ ਆਉਂਦੀ ਹੈ ਕਿ ਅਸੀਂ ਘਰ ਵੇਚਦਾ, ਸਾਡੇ ਟੈਨੈਂਟ ਮੂਵ ਨਹੀਂ ਹੋ ਰਹੇ, ਅਤੇ ਟੈਨੈਂਟਸ ਨੂੰ ਅਪਾਰਟਮੈਂਟ ਨਹੀਂ ਮਿਲ ਰਿਹਾ, ਟੈਨੈਂਟਸ ਕੋਲ ਬ੍ਰੋਕਰ ਫੀ ਦੇਣ ਵਾਸਤੇ ਨਹੀਂ ਹੈ, ਅਤੇ ਅਸੀਂ ਐਜ਼ ਏ ਕਮਿਊਨਿਟੀ ਮੈਂਬਰ, ਐਜ਼ ਏ ਕਮਿਊਨਿਟੀ ਨੂੰ ਸਪੋਰਟ ਕਰਨ ਵਾਸਤੇ, ਅਗਰ ਤੁਹਾਡੀ ਸਿਚੁਏਸ਼ਨ, ਅਸੀਂ ਬੜੀਆਂ ਚੀਜ਼ਾਂ ਬੜੀਆਂ ਲੋਕਾਂ ਨੂੰ ਅਪਾਰਟਮੈਂਟ ਦਵਾਏ ਨੇ, ਬਿਕੋਜ਼ ਆਫ ਬ੍ਰੋਕਰ ਫੀ, ਅਗਰ ਉਹਨਾਂ ਦੀ ਕਰਕੇ ਉਹਨਾਂ ਦੀ ਨਹੀਂ ਉਹਨਾਂ ਨੂੰ ਅਪਾਰਟਮੈਂਟ ਮਿਲ ਰਿਹਾ ਜਾਂ ਉਹਨਾਂ ਕੋਲ ਪੈਸੇ ਨਹੀਂ ਨੇ, ਮੇਰੀ ਮੈਂ ਪਲੈਜ ਕਰਦਾ, ਮੈਂ ਹਮੇਸ਼ਾ ਕਰਦਾ, ਮੈਂ ਅਸੀਂ ਕਰਦੇ ਹਾਂ ਕਿ ਤੁਹਾਡੀ ਉਹ ਸਿਚੁਏਸ਼ਨ ਜਿਹੜੀ ਹੈ ਅਸੀਂ ਉਹ ਕੱਢ ਦਿਆਂਗੇ, ਕਿਉਂਕਿ ਅਸੀਂ ਤੁਹਾਨੂੰ ਅਪਾਰਟਮੈਂਟ ਲੱਭ ਕੇ ਦਿਆਂਗੇ ਵਿਦਆਊਟ ਐਨੀ ਬ੍ਰੋਕਰੇਜ।
ਅਸੀਂ ਉਹਨੂੰ ਅਪਾਰਟਮੈਂਟ ਲੈ ਕੇ ਦੇਵਾਂਗੇ, ਅਸੀਂ ਉਹਨੂੰ ਬ੍ਰੋਕਰ ਵੀ ਨਹੀਂ ਚਾਰਜ ਕਰਾਂਗੇ ਐਂਡ ਵਿਲ ਫਾਈਂਡ ਦਮ ਅਪਾਰਟਮੈਂਟ ਜੇ ਤੁਹਾਡੇ ਕਲੋਜ਼ਿੰਗ ਹੋ ਜਾਵੇ ਉਹ ਆਪਣੇ ਨਵੇਂ ਘਰ 'ਚ ਮੂਵ ਹੋ ਜਾਣ। ਬਿਲਕੁਲ ਹਰਮਨ ਜੀ, ਜਿਹੜੀ ਤੁਹਾਡੀ ਟੀਮ ਹੈ ਉਹਦੇ ਨਾਲ ਵੀ ਸਾਡੇ ਦਰਸ਼ਕ ਮਿਲਣਾ ਚਾਹੁੰਦੇ ਨੇ, ਕਦ ਮਿਲਵਾ ਰਹੇ ਹੋ ਹੁਣ ਤੁਸੀਂ? ਅਸੀਂ ਜੀ ਤੁਸੀਂ ਡਿਸਕਸ ਕੀਤਾ ਇੱਕ ਦੋ ਵਾਰੀ ਪਹਿਲੇ ਵੀ, ਗੈਟਿੰਗ ਰੈਡੀ ਮੋਸਟ ਆਫ ਨੈਕਸਟ ਵੀਕ ਜਾਂ ਫੋਲੋਇੰਗ ਵੀਕ ਅਸੀਂ ਪੂਰੀ ਟੀਮ ਨੂੰ ਲੈ ਕੇ ਆਉਣਾ ਚਾਹੁੰਦੇ ਹਾਂ ਕਿ ਸਾਰੇ ਤੁਸੀਂ ਇਕੱਠੇ ਸਾਰੇ ਨੂੰ ਮਿਲੋ, ਜੀ ਕੀ ਕਰਕੇ ਸਾਰੇ ਨੂੰ ਮਿਲੇ ਹੋ, ਬਟ ਵਿਲ ਬ੍ਰਿੰਗ ਇਟ ਐਵਰੀਬਾਡੀ ਟੂਗੈਦਰ, ਵਿਲ ਹੋਸਟ ਅ ਬਿਗ ਸ਼ੋ ਐਂਡ ਵਿਲ ਇਕੱਠੇ ਕਰਕੇ ਸਾਰਿਆਂ ਦੀ ਇੰਟਰੋਡਕਸ਼ਨ ਇੱਕ ਵਾਰ ਦੁਬਾਰਾ ਕਰਾਵਾਂਗੇ। ਠੀਕ ਹੈ ਹਰਮਨ ਜੀ, ਜਾਂਦੇ ਜਾਂਦੇ ਕੀ ਕਹਿਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ? ਜਾਂਦੇ ਜਾਂਦੇ ਜੀ, ਸਾਨੂੰ ਜਿਹੜਾ ਕੁਐਸਚਨ ਆਉਂਦੇ ਨੇ ਕਿ ਨਰਵਸਨੈਸ ਬੜੀ ਹੁੰਦੀ ਹੈ ਕਿ ਅਸੀਂ ਘਰ ਲੈਣਾ ਹੈ, ਘਰ 'ਚ ਕੋਈ ਖਰਾਬੀ ਨਾ ਨਿਕਲ ਆਵੇ, ਘਰ ਦੀ ਵੈਲਿਊ ਨਿਕਲ ਕਿਵੇਂ ਨਿਕਲ ਆਵੇ, ਉਹ ਹੋਮ ਇੰਸਪੈਕਸ਼ਨ ਕਰਾਈਏ ਨਾ ਕਰਾਈਏ, ਅਪਰੇਜ਼ਲ ਰਿਪੋਰਟ ਕੀ ਹੁੰਦੀ ਹੈ, ਕਈ ਵਾਰ ਅਪਰੇਜ਼ਲ ਰਿਪੋਰਟ ਦੀ ਵੈਲਿਊ ਘੱਟ ਆ ਗਈ, ਇਹ ਸਾਰੇ ਕੁਐਸਚਨ ਕਰਕੇ ਕਈ ਵਾਰ ਨਾ ਪੈਨਿਕ ਜੋ ਮੋਡ ਬਣ ਜਾਂਦਾ ਵੇ ਅਤੇ ਘਬਰਾਹਟ ਹੁੰਦੀ ਹੈ, ਅਤੇ ਉਹਨਾਂ ਵਾਸਤੇ ਤੁਹਾਨੂੰ ਪੈਨਿਕ ਨਾ ਹੋਵੋ ਕਿ ਐਕਸਪੀਰੀਅੰਸ ਬੰਦੇ ਕੋਲ ਜਾਓ, ਸਾਡੇ ਕੋਲ ਆਓ, ਸਾਨੂੰ ਇੰਨੇ ਸਾਲਾਂ ਦਾ ਐਕਸਪੀਰੀਅੰਸ ਹੈ, ਸਾਨੂੰ ਹਰ ਪ੍ਰੋਬਲਮ ਜਿਹੜੀ ਤੁਹਾਡੀ ਹੋਏਗੀ ਉਹਦਾ ਸੋਲਿਊਸ਼ਨ ਸਾਡੇ ਕੋਲ ਡੈਫੀਨੇਟਲੀ ਹੋਏਗਾ। ਘਬਰਾਹਟ ਕਰਨ ਦੀ ਲੋੜ ਨਹੀਂ ਹੈ, ਸਾਰੇ ਲੋਕ ਕਰ ਲੈਂਦੇ ਨੇ, ਕਰ ਲੈਣ ਤੋਂ ਪਹਿਲੇ ਥੋੜ੍ਹੀ ਘਬਰਾਹਟ ਹੁੰਦੀ ਹੈ, ਘਰ 'ਚ ਮੂਵ ਹੋਣ ਤੋਂ ਬਾਅਦ ਖੁਸ਼ੀਆਂ ਹੀ ਖੁਸ਼ੀਆਂ ਹੁੰਦੀਆਂ ਨੇ, ਅਤੇ ਇਸ ਕਰਕੇ ਅਗਰ ਕਦੀ ਕੋਈ ਦਿੱਕਤ ਆ ਰਹੀ ਹੈ ਕਿ ਤੁਹਾਨੂੰ ਵੀ ਘਰ 'ਚ ਕੋਈ ਰਿਪੇਅਰ ਨਾ ਨਿਕਲ ਆਵੇ ਜਾਂ ਘਰ ਦੀ ਵੈਲਿਊ ਦਾ ਚੱਕਰ ਹੈ, ਉਹ ਸਾਨੂੰ ਕਾਲ ਕਰੋ, ਸਾਡੇ ਕੋਲ ਅੱਛੇ ਇੰਸਪੈਕਟਰ ਨੇ ਜਿਹੜੇ ਘਰ ਤੋਂ ਅੱਛੀ ਤਰ੍ਹਾਂ ਇੰਸਪੈਕਸ਼ਨ ਕਰਨਗੇ, ਤੁਹਾਨੂੰ ਸਮਝਾਉਣਗੇ। ਕਾਫੀ ਟਾਈਮ ਹੁੰਦਾ ਹੈ ਹੋਮ ਇੰਸਪੈਕਸ਼ਨ ਹੁੰਦੀ ਹੈ ਅਤੇ ਇੰਸਪੈਕਟਰ ਆਇਆ, ਉਹ ਇੰਸਪੈਕਸ਼ਨ ਕਰਕੇ ਚਲਾ ਗਿਆ, ਤੁਹਾਨੂੰ ਕੁਛ ਨਹੀਂ ਦੱਸਿਆ ਉਹਨੇ, ਸਾਡੇ ਕੋਲ ਇੰਸਪੈਕਸ਼ਨ ਵਾਲੇ ਇੰਸਪੈਕਟਰ ਹੈਗੇ ਨੇ, ਜੇ ਤੁਹਾਨੂੰ ਇੱਕ ਇੱਕ ਡਿਟੇਲ ਸਮਝਾਉਣਗੇ, ਇਹ ਵੀ ਦੱਸਣਗੇ ਵੀ ਇਹ ਚੀਜ਼ ਨੂੰ ਕਿਵੇਂ ਠੀਕ ਕਰ ਸਕਦੇ ਹੋ, ਕਿੰਨਾ ਖਰਚਾ ਆਏਗਾ ਔਰ ਕੀ ਇਹਦਾ ਆਊਟਕਮ ਕੀ ਹੈਗਾ, ਕਿ ਉਹਦੇ ਨਾਲ ਤੁਹਾਨੂੰ ਥੋੜ੍ਹਾ ਪੀਸ ਆਫ ਮਾਇੰਡ ਮਿਲ ਜਾਂਦਾ ਵੇ। ਅਪਰੇਜ਼ਲ ਰਿਪੋਰਟ ਜਿਹੜੀ ਉਹਦੇ ਵਾਸਤੇ ਨੈਕਸਟ ਪ੍ਰੋਗਰਾਮ ਵਿੱਚ ਕਵਰ ਕਰਾਂਗੇ ਕਿ ਵੈਲਿਊ ਘੱਟ ਆਉਂਦੀਆਂ ਕਿਉਂ ਆਉਂਦੀਆਂ, ਇਹਦਾ ਮਤਲਬ ਘੱਟ ਆਉਣ ਦਾ ਮਤਲਬ ਇਹ ਨਹੀਂ ਹੁੰਦਾ ਕਾਰ ਦੀ ਵੈਲਿਊ ਵਾਕਈ ਘੱਟ ਹੈ, ਕਈ ਵਾਰ ਜਦੋਂ ਅਪਰੇਜ਼ਲ ਕੰਪਨੀਆਂ ਨੂੰ ਪ੍ਰੋਪਰ ਪਿਓਰ ਨਹੀਂ ਮਿਲਦੀ ਆਪਣੀ ਇਨਫੋਰਮੇਸ਼ਨ ਮਾਰਕੀਟ ਤੋਂ ਕਿ ਵੀ ਘਰ ਜਦ 6 ਮਹੀਨੇ ਪਹਿਲਾਂ ਘਰ ਵਿਕਿਆ ਸੀਗਾ, ਹੁਣ ਉਹ ਘਰ 6 ਮਹੀਨੇ ਕੋਈ ਵਿਕਿਆ ਨਹੀਂ ਇਨ ਬਿਟਵੀਨ, ਤਾਂ ਉਹਦੀ ਵੈਲਿਊ ਥੋੜ੍ਹੀ ਚੇਂਜ ਹੁੰਦੀ ਹੈ, ਉਹਦੇ ਵਾਸਤੇ ਅਗਰ ਕਿਸੇ ਨੂੰ ਕੋਈ ਦਿੱਕਤ ਆਈ ਸਾਨੂੰ ਕਾਲ ਕਰੋ, ਵਿਲ ਐਕਸਪਲੇਨ ਦੈਮ ਇਨ ਡੀਟੇਲ ਕਿ ਵੀ ਅਪਰੇਜ਼ਲ ਵੈਲਿਊ ਕੀ ਹੁੰਦੀ ਹੈ। ਬਿਲਕੁਲ 5164417000 ਜਾਂ ਫਿਰ 7184417000 ਅਤੇ ਫੋਨ ਘੁਮਾਓ, ਆਪਣੇ ਘਰ ਦੇ ਵਿੱਚ ਖੁਸ਼ੀਆਂ ਲੈ ਕੇ ਆਓ, ਓਮਨੀ ਮੋਰਗੇਜ ਨਾਲ ਹੁਣੇ ਹੀ ਰਾਬਤਾ ਕਰੋ, ਹਰਮਨ ਸਿੰਘ ਜੀ ਦੇ ਨਾਲ ਖੁਦ ਪਰਸਨਲ ਮਿਲ ਕੇ ਆਓ ਔਰ ਪੰਜਾਬ ਐਵਨਿਊ ਰਿਚਮੰਡਲ ਦੇ ਉੱਤੇ ਚਾਹ ਪਕੌੜੇ ਖਾ ਕੇ ਜ਼ਰੂਰ ਘਰ ਵਾਪਸ ਆਓ। ਫਿਲਹਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਮੈਨੂੰ ਦੇਵੋ ਇਜਾਜ਼ਤ, ਮੇਰੇ ਨਾਲ ਸੀਗੇ ਹਰਮਨ ਸਿੰਘ ਜੀ, ਨੈਕਸਟ ਵੀਕ ਆਵਾਂਗੇ ਲੈ ਕੇ ਓਮਨੀ ਮੋਰਗੇਜ ਅਤੇ ਰੀਅਲ ਅਸਟੇਟ ਦੀ ਹੋਰ ਐਡਵਾਈਸ। ਆਪਣੇ ਆਪ ਨੂੰ ਖੁਸ਼ ਰੱਖੋ, ਆਪਣੇ ਘਰਦਿਆਂ ਨੂੰ ਖੁਸ਼ ਰੱਖੋ, ਆਪਣੇ ਮਾਂ ਪਿਓ ਨੂੰ ਖੁਸ਼ ਰੱਖੋ ਔਰ ਆਪਣੀ ਵਾਈਫ ਨੂੰ ਜ਼ਰੂਰ ਖੁਸ਼ ਰੱਖੋ ਯਾਰ। ਧੰਨਵਾਦ, ਸਤਿ ਸ਼੍ਰੀ ਅਕਾਲ।